ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਮੈਂ ਵੀਰਪਾਲ, ਸਵਾਗਤ ਹੈ ਤੁਹਾਡਾ ਅੱਜ ਦੇ ਹਾਂਜੀ ਸਪੈਸ਼ਲ ਸੈਗਮੈਂਟ ਦੇ ਵਿੱਚ। ਔਰ ਸਰੋਤਿਓ, ਅੱਜ ਦੇ ਸਪੈਸ਼ਲ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਦੇਸ਼ ਦੇ ਸ਼ਹੀਦ ਊਧਮ ਸਿੰਘ ਬਾਰੇ। ਸੋ ਅੱਜ ਊਧਮ ਸਿੰਘ ਬਾਰੇ ਗੱਲਬਾਤ ਕਰਨ ਦਾ ਸਬੱਬ ਇਹ ਬਣਿਆ ਕਿ ਅੱਜ ਯਾਨੀ 31 ਜੁਲਾਈ ਨੂੰ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਸੋ ਦੇਸ਼ ਦੇ ਲਈ ਮਰ ਮਿਟਣ ਵਾਲੇ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਊਧਮ ਸਿੰਘ ਅੱਜ ਦੇ ਦਿਨ ਜਿਸਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਸੀ। ਸੋ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਬਾਰੇ ਗੱਲਬਾਤ ਕਰਾਂਗੇ ਔਰ ਨਾਲ ਹੀ ਕੁਝ ਇੰਟਰਸਟਿੰਗ ਔਰ ਜ਼ਰੂਰੀ ਫੈਕਟ ਜਿਹੜੇ ਸਾਨੂੰ ਜਾਣਨੇ ਚਾਹੀਦੇ ਨੇ। ਸੋ ਇੱਕ ਇਤਿਹਾਸ ਦੇ ਨਾਲ ਜੁੜਾ ਹੋਇਆ ਦਿਖਾਂਤ ਇਹ ਹੁੰਦਾ ਕਿ ਇਤਿਹਾਸ ਨੂੰ ਬੜੇ ਸੌਖੇ ਤਰੀਕੇ ਦੇ ਨਾਲ, ਬੜੇ ਸਿੰਪਲ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਜਦਕਿ ਇਤਿਹਾਸ ਬਹੁਤ ਰਿਸਰਚ, ਬਹੁਤ ਧਿਆਨ ਔਰ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ, ਜਿਸ ਨਾਲ ਕਿਸੇ ਦੀ ਪਰਸਨੈਲਿਟੀ ਜਿਹੜੀ ਖਰਾਬ ਨਾ ਹੋਵੇ ਜਾਂ ਕਿਸੇ ਦੀ ਜਿਹੜੀ ਸੋਚ ਸੀ ਜਿਸ ਦੇ ਲਈ ਉਸਨੇ ਕੰਮ ਕੀਤਾ ਉਹ ਸਾਹਮਣੇ ਆ ਸਕੇ, ਇਹ ਸਾਡੇ ਇਤਿਹਾਸਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਸ਼ਹੀਦ ਊਧਮ ਸਿੰਘ ਬਾਰੇ ਵੀ ਥੋੜ੍ਹਾ ਇਸ ਤਰ੍ਹਾਂ ਦਾ ਹੀ ਹੋਇਆ। ਮੈਨੂੰ ਲੱਗਦਾ ਕਿ ਸ਼ਹੀਦ ਊਧਮ ਸਿੰਘ ਨੂੰ ਜਿੱਦਾਂ ਇਸ ਤਰ੍ਹਾਂ ਹੀ ਸਮਝਿਆ ਜਾਂਦਾ ਕਿ ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਦੇ ਲਈ ਅੰਗਰੇਜ਼ ਅਧਿਕਾਰੀ ਨੂੰ ਮਾਰਿਆ, ਪਰ ਉਸ ਤੋਂ ਬਿਨਾਂ ਸ਼ਹੀਦ ਊਧਮ ਸਿੰਘ ਦਾ ਕੀ ਕੰਟਰੀਬਿਊਸ਼ਨ ਆ, ਸ਼ਹੀਦ ਊਧਮ ਸਿੰਘ ਦੀ ਕੀ ਸੋਚ ਸੀ, ਸ਼ਹੀਦ ਊਧਮ ਸਿੰਘ ਨੇ ਕੀ ਕੀਤਾ, ਉਹਦੇ ਬਾਰੇ ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਔਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਪੰਜਾਬ ਤੋਂ ਰਿਸਰਚਰ, ਇਤਿਹਾਸਕਾਰ ਔਰ ਜਿਨ੍ਹਾਂ ਨੇ ਬਹੁਤ ਸ਼ਹੀਦਾਂ ਦੇ ਉੱਤੇ ਸਰਚ ਕੀਤੀ ਆ ਪੰਜਾਬ ਦੇ ਸ਼ਹੀਦਾਂ ਦੇ ਉੱਪਰ, ਔਰ ਨਾਲ ਹੀ ਸ਼ਹੀਦ ਊਧਮ ਸਿੰਘ ਬਾਰੇ ਉਹਨਾਂ ਨੇ ਬੜੇ ਨਵੀਆਂ ਗੱਲਾਂ ਬੜੇ ਜ਼ੋਰ ਸ਼ੋਰ ਦੇ ਨਾਲ ਹਰ ਪਲੇਟਫਾਰਮ 'ਤੇ ਉਹ ਬੋਲਦੇ ਨੇ, ਜੋ ਕਿ ਬਹੁਤ ਜ਼ਰੂਰੀ ਵੀ ਨੇ ਅਤੇ ਇਸ ਦੇ ਲਈ ਉਹ ਵਧਾਈ ਦੇ ਪਾਤਰ ਵੀ ਨੇ। ਸੋ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਰਾਕੇਸ਼ ਕੁਮਾਰ ਜੀ ਦੇ ਨਾਲ। ਪਰ ਇਸ ਤੋਂ ਪਹਿਲਾਂ ਸਰੋਤਿਓ, ਥੋੜ੍ਹਾ ਜਿਹਾ ਤੁਹਾਨੂੰ ਮੈਂ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਦੇ ਬਾਰੇ ਦੱਸ ਦੇਵਾਂ। ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਟਹਿਲ ਸਿੰਘ ਸੀ, ਉਹਨਾਂ ਦੀ ਮਾਤਾ ਦਾ ਨਾਮ ਹਰਨਾਮ ਕੌਰ ਸੀ। ਉਸ ਟਾਈਮ ਸੁਨਾਮ ਜਿਹੜਾ ਹੁਣ ਸੰਗਰੂਰ ਦੇ ਵਿੱਚ ਹੈਗਾ ਜ਼ਿਲ੍ਹਾ, ਉਹ ਪਟਿਆਲਾ ਦੀ ਰਿਆਸਤ ਦਾ ਹਿੱਸਾ ਹੁੰਦਾ ਸੀ, ਪਟਿਆਲਾ ਰਿਆਸਤ ਦਾ। ਔਰ ਊਧਮ ਸਿੰਘ ਦੇ ਪਿਤਾ ਰੇਲਵੇ ਵਿਭਾਗ ਦੇ ਵਿੱਚ ਉੱਪਲੀ ਪਿੰਡ, ਜਿਹੜਾ ਕਿ ਸੁਨਾਮ ਦੇ ਵਿੱਚ ਹੀ ਆਉਂਦਾ, ਸੁਨਾਮ ਤਹਿਸੀਲ ਦੇ ਵਿੱਚ ਉੱਪਲੀ ਦੇ ਵਿੱਚ ਰੇਲਵੇ ਫਾਟਕ 'ਤੇ ਚੌਂਕੀਦਾਰ ਦੀ ਨੌਕਰੀ ਕਰਦੇ ਸੀਗੇ। ਊਧਮ ਸਿੰਘ ਹੋਰੀ ਦੋ ਭਰਾ ਸੀਗੇ, ਉਹਨਾਂ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਔਰ ਉਹਨਾਂ ਦੇ ਭਰਾ ਦਾ ਨਾਮ ਸਾਧੂ ਸਿੰਘ ਦੱਸਿਆ ਜਾ ਰਿਹਾ। ਔਰ 1901 ਦੇ ਵਿੱਚ ਪਹਿਲਾਂ ਸ਼ਹੀਦ ਊਧਮ ਸਿੰਘ ਦੀ ਮਾਤਾ ਦਾ ਦੇਹਾਂਤ ਹੋਇਆ ਔਰ ਉਸ ਤੋਂ ਬਾਅਦ ਜਲਦ ਹੀ 1907 ਦੇ ਵਿੱਚ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ, ਜਿਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਔਰ ਉਹਨਾਂ ਦੇ ਭਰਾ ਦੋਨੋਂ ਜਾਣੇ ਕੇਂਦਰੀ ਖਾਲਸਾ ਯਤੀਮ ਘਰ ਦੇ ਵਿੱਚ ਰਹੇ। 1917 ਦੇ ਵਿੱਚ ਸ਼ਹੀਦ ਊਧਮ ਸਿੰਘ ਨੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਔਰ ਉਸ ਤੋਂ ਬਾਅਦ ਮਤਲਬ ਜਿਹੜਾ ਜਲ੍ਹਿਆਂਵਾਲੇ ਬਾਗ ਦੇ ਵਿੱਚ ਹੋਇਆ 1919 ਦੇ ਵਿੱਚ, ਉਸ ਨੇ ਸ਼ਹੀਦ ਊਧਮ ਸਿੰਘ 'ਤੇ ਬਹੁਤ ਮਤਲਬ ਅਸਰ ਕੀਤਾ ਉਸ ਗੱਲ ਨੇ। ਔਰ ਰਿਸਰਚ ਜਿਹੜੇ ਲੋਕਾਂ ਨੇ ਕੀਤੀ ਉਹ ਵੀ ਦੱਸਦੇ ਨੇ ਕਿ ਗਦਰ ਪਾਰਟੀ ਦੇ ਵਿੱਚ ਬਹੁਤ ਮਤਲਬ ਗਦਰ ਪਾਰਟੀ ਦਾ ਮੈਂਬਰ ਰਿਹਾ ਊਧਮ ਸਿੰਘ, ਜਿਸ ਨੂੰ ਲੈ ਕੇ ਦੇਸ਼ਾਂ ਵਿਦੇਸ਼ਾਂ ਦਾ ਉਹਨਾਂ ਨੇ ਦੌਰਾ ਕੀਤਾ। ਔਰ ਖਾਸ ਤੌਰ 'ਤੇ ਜੇ ਗੱਲ ਅਸੀਂ ਕਰੀਏ ਕਿ ਸ਼ਹੀਦ ਊਧਮ ਸਿੰਘ ਬਰਮਾ, ਸਿੰਗਾਪੁਰ, ਹਾਂਗਕਾਂਗ, ਜਪਾਨ, ਮੈਕਸੀਕੋ, ਕਨੇਡਾ, ਇਰਾਨ, ਅਫਗਾਨਿਸਤਾਨ, ਇਟਲੀ, ਜਰਮਨੀ, ਕਈ ਦੇਸ਼ਾਂ ਦੇ ਵਿੱਚ ਗਏ ਜਿੱਥੇ ਉਹਨਾਂ ਨੇ ਦੇਸ਼ ਭਗਤਾਂ ਦੇ ਨਾਲ ਹੋਰ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਲੋਕ ਸੀ ਉਹਨਾਂ ਦੇ ਨਾਲ ਸੰਪਰਕ ਸਾਧਿਆ। ਔਰ ਉਸ ਤੋਂ ਬਾਅਦ 1927 ਦੇ ਵਿੱਚ ਵਾਪਸ ਭਾਰਤ ਆਏ, ਇਨਕਲਾਬੀ ਜਿਹੜੀਆਂ ਸਰਗਰਮੀਆਂ ਨੇ ਉਹਨਾਂ ਦੇ ਵਿੱਚ ਭਾਗ ਲੈਣ ਲੱਗੇ ਔਰ ਉਸ ਤੋਂ ਬਾਅਦ ਫਿਰ ਉਹ ਇੰਗਲੈਂਡ ਚਲੇ ਗਏ ਔਰ ਇੰਗਲੈਂਡ ਦੇ ਵਿੱਚ ਰਹਿੰਦੇ ਰਹਿੰਦੇ ਉਹਨਾਂ ਨੂੰ 13 ਮਾਰਚ 1940 ਨੂੰ ਫਿਰ ਜਿਹੜਾ ਉਹਨਾਂ ਦੇ ਦਿਲ ਦੇ ਵਿੱਚ ਟੀਸ ਸੀਗੀ ਜਲ੍ਹਿਆਂਵਾਲੇ ਬਾਗ ਨੂੰ ਲੈ ਕੇ, ਉਸ ਨੂੰ ਕੱਢਣ ਦਾ ਮੌਕਾ ਮਿਲਿਆ ਅਤੇ ਉੱਥੇ ਉਹਨਾਂ ਨੇ ਜਿਹੜੀ ਇੱਕ ਈਸਟ ਇੰਡੀਆ ਐਸੋਸੀਏਸ਼ਨ ਫੋਰ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਸੀਗੀ, ਉਸ ਦੇ ਵਿੱਚ ਉਹ ਗਏ, ਉੱਥੇ ਉਹਨਾਂ ਨੇ ਗੋਲੀ ਚਲਾਈ ਔਰ ਜਿਹੜੇ ਪੰਜਾਬ ਦੇ ਸਾਬਕਾ ਗਵਰਨਰ ਸੀਗੇ ਮਾਈਕਲ ਉਡਵੈਰ ਉਸ ਨੂੰ ਮਾਰਿਆ। ਅਤੇ ਉਸ ਤੋਂ ਬਾਅਦ ਮਤਲਬ ਖਾਸ ਗੱਲ ਇਹ ਆ ਦੋਸਤੋ ਕਿ ਉੱਥੋਂ ਭੱਜਿਆ ਨਹੀਂ ਊਧਮ ਸਿੰਘ, ਉੱਥੇ ਖੜ੍ਹਾ ਰਿਹਾ ਔਰ ਗ੍ਰਿਫਤਾਰੀ ਦਿੱਤੀ ਔਰ ਇਸ ਗੱਲ ਨੂੰ ਕਲੀਅਰ ਕੀਤਾ ਕਿ ਇਹ ਮਤਲਬ ਸਿਰਫ ਬਦਲਾ ਲੈਣ ਦੀ ਭਾਵਨਾ ਨਹੀਂ ਸੀਗੀ, ਇਹ ਜਿਹੜੇ ਦੁਸ਼ਮਣ ਉਸ ਟਾਈਮ ਦੇ ਸੀਗੇ ਮੂਹਰਲੇ, ਉਹਨਾਂ ਨੂੰ ਦੱਸਣਾ ਸੀਗਾ ਕਿ ਅਸੀਂ ਆਪਣੀ ਅਣਖ ਦੇ ਲਈ, ਅਸੀਂ ਆਪਣੀ ਆਜ਼ਾਦੀ ਦੇ ਲਈ ਜਿਉਣ ਵਾਲੇ ਲੋਕ ਹਾਂ ਅਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਇਸ ਚੀਜ਼ ਦੇ ਲਈ। ਸੋ ਇਸ ਤਰ੍ਹਾਂ 4 ਜੂਨ 1940 ਨੂੰ ਉਸ ਵਿਰੁੱਧ ਮੁਕੱਦਮਾ
ਚੱਲਿਆ। ਉਸ ਤੋਂ ਬਾਅਦ 31 ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ ਔਰ ਜੇਲ੍ਹ ਦੇ ਅੰਦਰ ਉੱਥੇ ਹੀ ਇੰਗਲੈਂਡ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਨੇ ਦਬਾ ਦਿੱਤਾ ਗਿਆ ਉਹਨਾਂ ਨੂੰ। ਪਰ ਉਸ ਤੋਂ ਬਾਅਦ ਮਤਲਬ ਕਾਫੀ ਲੋਕਾਂ ਨੇ ਜਦੋਂ ਮਤਲਬ ਡਿਮਾਂਡ ਕੀਤੀ ਇਸ ਗੱਲ ਦੀ, ਤਾਂ 1974-75 ਦੇ ਵਿੱਚ ਸਹੀ ਡੇਟ ਇਸ ਵਿੱਚ ਸਹੀ ਜਿਹੜਾ ਬਿਊਰਾ ਇਸ ਗੱਲ ਦਾ ਉਹ ਰਾਕੇਸ਼ ਜੀ ਦੇ ਸਕਦੇ ਨੇ, ਉਹਨਾਂ ਦੀਆਂ ਅਸਥੀਆਂ ਨੂੰ ਭਾਰਤ ਲਿਆਂਦਾ ਗਿਆ ਔਰ ਸੁਨਾਮ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ ਔਰ ਉਸ ਉਪਰੰਤ ਉਸ ਦੀ ਰਾਖ ਸਤਲੁਜ ਦਰਿਆ ਦੇ ਵਿੱਚ ਵੀ ਜਲ ਪ੍ਰਵਾਹ ਕੀਤੀ ਗਈ ਔਰ ਕੁਝ ਭਾਗ ਉਹਦਾ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਸੁਰੱਖਿਅਤ ਰੂਪ ਦੇ ਵਿੱਚ ਰੱਖਿਆ ਗਿਆ। ਸੋ ਇਸ ਤਰੀਕੇ ਦੇ ਨਾਲ ਇਹ ਇੱਕ ਬਰੀਫ ਸਰੋਤਿਓ ਜਾਣਕਾਰੀ ਸੀਗੀ ਸ਼ਹੀਦ ਊਧਮ ਸਿੰਘ ਦੀ ਜੀਵਨੀ ਦੇ ਬਾਰੇ। ਸੋ ਹੁਣ ਅਸੀਂ ਹੋਰ ਕਿਹੜੀਆਂ ਗੱਲਾਂ ਨੇ, ਕਿੱਦਾਂ ਦੀ ਉਹਨਾਂ ਦੀ ਸੋਚ ਰਹੀ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਰਾਕੇਸ਼ ਕੁਮਾਰ ਜੀ, ਜਿਨ੍ਹਾਂ ਨੇ ਊਧਮ ਸਿੰਘ ਦੇ ਉੱਪਰ ਬਹੁਤ ਰਿਸਰਚ ਕੀਤੀ ਆ ਔਰ ਖਾਸ ਤੌਰ 'ਤੇ ਜਿਹੜੀਆਂ ਮਤਲਬ ਕਿਤਾਬਾਂ ਵੀ ਉਹਨਾਂ ਦੀਆਂ ਊਧਮ ਸਿੰਘ 'ਤੇ ਹੈਗੀਆਂ ਨੇ। ਇੱਕ ਉਹਨਾਂ ਨੇ ਨਾਟਕ ਊਧਮ ਸਿੰਘ 'ਤੇ ਲਿਖਿਆ ਇਨਕਲਾਬ ਇਨਕਲਾਬ ਇਨਕਲਾਬ, ਔਰ ਇਸ ਤੋਂ ਬਿਨਾਂ ਕਿਤਾਬਾਂ ਦੀ ਜੇ ਗੱਲ ਕਰੀਏ ਤਾਂ ਇੱਕ ਜਿਹੜੀ ਕਿਤਾਬ ਹੈਗੀ ਆ ਉਹਦਾ ਜਿਹਦਾ ਨਾਮ ਹੈਗਾ ਆਜ਼ਾਦੀ ਦੀ ਸ਼ਮਾ ਦਾ ਪਰਵਾਨਾ ਮਹਾਨ ਗਦਰੀ ਇਨਕਲਾਬੀ ਸ਼ਹੀਦ ਊਧਮ ਸਿੰਘ, ਔਰ ਦੂਸਰੀ ਕਿਤਾਬ ਜਿਹੜੀ ਸ਼ਹੀਦ ਊਧਮ ਸਿੰਘ 'ਤੇ ਲਿਖੀ ਆ ਉਹਦਾ ਨਾਮ ਹੈਗਾ ਬਦਲੇ ਤੋਂ ਪਾਰ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ। ਸੋ ਇਹ ਕਿਤਾਬਾਂ ਦੇ ਟਾਈਟਲ ਹੀ ਕਿਤੇ ਨਾ ਕਿਤੇ ਮਤਲਬ ਜਿਹੜਾ ਰਾਕੇਸ਼ ਕੁਮਾਰ ਜੀ ਦੀ ਮਤਲਬ ਰਿਸਰਚ ਹੈਗੀ ਆ ਉਹਨੂੰ ਦਰਸਾਉਂਦੀਆਂ ਨੇ। ਸਰੋਤੋ ਇਸ ਤੋਂ ਬਿਨਾਂ ਰਾਕੇਸ਼ ਕੁਮਾਰ ਜੀ ਨੇ ਹੋਰ ਵੀ ਬਹੁਤ ਰਿਸਰਚ ਕੀਤੀ ਹੈਗੀ, ਜਿਵੇਂ ਸ਼ਹੀਦ ਭਗਤ ਸਿੰਘ 'ਤੇ ਇਹਨਾਂ ਦੀਆਂ ਕਿਤਾਬਾਂ ਨੇ, ਸ਼ਹੀਦ ਭਗਤ ਸਿੰਘ ਦੇ ਗੁਪਤ ਟਿਕਾਣਿਆਂ ਬਾਰੇ ਇਹਨਾਂ ਨੇ ਮਤਲਬ ਖੋਜ ਕੀਤੀ ਆ, ਬੜੀ ਮਤਲਬ ਸੋਲਿਡ ਰਿਸਰਚ ਅਸੀਂ ਕਹਿ ਸਕਦੇ ਹਾਂ ਕਿ ਇਸ ਮਾਮਲੇ 'ਚ ਹੈਗੀ ਹੈਗੀ। ਪੇਸ਼ੇ ਵਜੋਂ ਰੇਲਵੇ ਦੇ ਵਿੱਚ ਕੰਮ ਜਿਹੜਾ ਇਹ ਕਰ ਰਹੇ ਨੇ। ਸੋ ਉਹਨਾਂ ਨੂੰ ਜੋੜ ਲੈਂਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਰਾਕੇਸ਼ ਜੀ ਸਵਾਗਤ ਆ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਠੀਕ ਹੈ ਜੀ, ਨਮਸਕਾਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜੀ ਨਮਸਕਾਰ। ਸੋ ਜੇ ਅਸੀਂ ਗੱਲ ਕਰੀਏ ਰਾਕੇਸ਼ ਜੀ ਕਿ ਮਤਲਬ ਜਿੱਦਾਂ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ ਜਾਂਦਾ, ਬੁੱਤਾਂ ਦੇ ਉੱਪਰ ਫੁੱਲ ਚੜਾਏ ਜਾਂਦੇ ਆ, ਹੋਰ ਮਤਲਬ ਇਸ ਤਰ੍ਹਾਂ ਦੇ ਬੋਲਿਆ ਜਾਂਦਾ, ਫੋਰਮੈਲਿਟੀਜ਼ ਕੀਤੀਆਂ ਜਾਂਦੀਆਂ ਨੇ, ਪਰ ਮੈਂ ਪੁੱਛਣਾ ਚਾਹੂੰਗੀ ਕਿ ਜਿਹੜੀ ਚੀਜ਼ ਸ਼ਹੀਦ ਊਧਮ ਸਿੰਘ ਬਾਰੇ ਸਾਡੇ ਨੌਜਵਾਨ ਅਸੀਂ ਬਹੁਤ ਘੱਟ ਜਾਣਦੇ ਹਾਂ ਕਿ ਸ਼ਹੀਦ ਊਧਮ ਸਿੰਘ ਦੀ ਸੋਚ ਕੀ ਸੀਗੀ, ਉਹ ਕਿਸ ਸੋਚ ਨੂੰ ਪ੍ਰਣਾਇਆ ਹੋਇਆ ਸੀਗਾ, ਕੀ ਉਹ ਜਿਹੜਾ ਉਹਨਾਂ ਨੇ ਮਤਲਬ ਸਿਰਫ ਉਹਨੇ ਇੰਨਾ ਹੀ ਕੀਤਾ ਇਤਿਹਾਸ ਦੇ ਵਿੱਚ, ਪੰਜਾਬ ਦੀ ਹਿਸਟਰੀ ਦੇ ਵਿੱਚ, ਪੰਜਾਬ ਦੇ ਇਨਕਲਾਬੀ ਇਤਿਹਾਸ ਦੇ ਵਿੱਚ ਕਿ ਉਸਨੇ ਮਾਈਕਲ ਅਡਵੈਰ ਨੂੰ ਮਾਰਿਆ, ਜਾਂ ਫਿਰ ਇਸ ਤੋਂ ਵੱਧ ਕੇ ਉਹਨਾਂ ਦੀਆਂ ਕੀ ਸਰਗਰਮੀਆਂ ਸੀ, ਕੀ ਇਹਨਾਂ ਦੀ ਸੋਚ ਸੀ, ਉਹਦੇ ਬਾਰੇ ਜ਼ਰੂਰ ਸਾਡੇ ਸਰੋਤਿਆਂ ਦੱਸੋ। ਦੇਖੋ ਮੈਂ ਕੁਛ ਗੱਲਾਂ ਜਿਹੜੇ ਇਤਿਹਾਸਿਕ ਤੱਥਾਂ ਦੇ ਆਧਾਰ ਤੇ ਤੁਹਾਡੇ ਨਾਲ ਗੱਲ ਕਰਾਂਗਾ ਜੀ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਇਹ ਗੱਲ ਆਉਂਦੀ ਹੈ ਕਿ ਆਮ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਲਿੱਤਾ ਜੀ, ਤੇ 21 ਸਾਲ ਬਾਅਦ ਜਾ ਕੇ ਮਤਲਬ ਕਿ ਜਿਹੜਾ ਕੈਂਗਸਟਨ ਹਾਲ 'ਚ ਮਾਈਕਲ ਡਵਾਇਰ ਤੇ ਗੋਲੀ ਚਲਾਈ ਸੀ ਜਿਹਦੇ ਵਿੱਚ ਉਹਦੀ ਮੌਤ ਹੋ ਗਈ ਸੀ, ਇਹ ਪ੍ਰਚਲਿਤ ਗੱਲਾਂ ਨੇ। ਊਧਮ ਸਿੰਘ ਦੀ ਜਿਹੜੀ ਸੋਚ ਇਸ ਤੋਂ ਕਿਤੇ ਵੱਡੀ ਸੀ। ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਗੱਲ ਇਹ ਆਮ ਪ੍ਰਚਲਿਤ ਧਾਰਨਾ ਹੈ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਇਹ ਕਿਹਾ ਜਾਂਦਾ ਕਿ ਜਦੋਂ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦੇ ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ ਗੋਲੀਆਂ ਚਲਾਇਆ ਸੀ ਕਿ ਊਧਮ ਸਿੰਘ ਉਦੋਂ ਪਾਣੀ ਪਲਾਨ ਦੀ ਯਾਨੀ ਕਿ ਸੇਵਾ ਨਿਭਾ ਰਹੇ ਸੀਗੇ, ਠੀਕ ਹੈ ਨਾ। ਕੁਛ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਜੀ ਨਹੀਂ, ਉਹ ਪਾਣੀ ਪਲਾਨ ਦੀ ਸੇਵਾ ਨਹੀਂ ਨਿਭਾ ਰਹੇ ਸੀ, ਜਦੋਂ ਘਟਨਾ ਵਾਪਰ ਚੁੱਕੀ ਸੀ ਉਸ ਤੋਂ ਬਾਅਦ ਉੱਥੇ ਆਏ ਤੇ ਉਹਨਾਂ ਨੇ ਲਾਸ਼ਾਂ ਚੁਕਾਉਣ ਦੇ ਵਿੱਚ ਮਦਦ ਕੀਤੀ। ਲੇਕਿਨ ਤੀਜੀ ਧਾਰਨਾ ਜਿਹੜੀ ਇਹ ਕਹਿੰਦੀ ਹੈ ਕਿ ਉਸ ਵੇਲੇ ਉਹ ਭਾਰਤ ਦੇ ਵਿੱਚ ਮੌਜੂਦ ਨਹੀਂ ਸੀ। ਜਿਹੜੇ ਬ੍ਰਿਟਿਸ਼ ਡਾਕੂਮੈਂਟਸ ਇਹ ਕਹਿੰਦੇ ਹੈ ਕਿ ਸ਼ਹੀਦ ਊਧਮ ਸਿੰਘ 13 ਤੇ 14 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਦੇ ਵਿੱਚ ਮੌਜੂਦ ਨਹੀਂ ਸੀਗੇ, ਕਿਉਂਕਿ ਇਹ ਜਿਹੜਾ ਬ੍ਰਿਟਿਸ਼ ਸਰਕਾਰ ਵੱਲੋਂ ਜਿਹੜੀਆਂ ਜੂਨ 1997 ਦੇ ਵਿੱਚ ਕੁਛ ਫਾਈਲਾਂ ਜਾਰੀ ਕੀਤੀਆਂ ਤੇ ਫਿਰ 2016 ਦੇ ਵਿੱਚ 4 ਫਾਈਲਾਂ ਨਵੀਆਂ ਜਾਰੀ ਕੀਤੀਆਂ ਹੁਣ ਪਿੱਛੇ ਬ੍ਰਿਟਿਸ਼ ਸਰਕਾਰ ਨੇ, ਉਹਦੇ ਵਿੱਚੋਂ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਬਹੁਤ ਨਵੇਂ ਤੱਥ ਪਤਾ ਲੱਗੇ ਨੇ। ਊਧਮ ਸਿੰਘ ਨੇ ਖੁਦ ਜਦੋਂ ਦਾ ਟ੍ਰਾਇਲ ਹੋਇਆ ਸੀਗਾ 5 ਜੂਨ 1940 ਨੂੰ, ਉਹਨੇ ਖੁਦ ਆਪ ਕਿਹਾ ਸੀਗਾ ਕਿ ਮੈਂ ਉਸ ਵੇਲੇ ਪੂਰੀ ਅਫਰੀਕਾ ਦੇ ਵਿੱਚ ਸੀਗਾ। ਈਵਨ ਕਿ ਉਸ ਤੋਂ ਬਾਅਦ ਵੀ ਕਿ ਇੱਕ ਜਦੋਂ ਊਧਮ ਸਿੰਘ ਜੇਲ੍ਹ ਦੇ ਵਿੱਚ ਵੀ ਸੀਗੇ ਉਦੋਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਭੈਣ ਭਾਈ ਉੱਥੇ ਜਲ੍ਹਿਆਂਵਾਲਾ ਬਾਗ ਵਿੱਚ ਮਾਰੇ ਗਏ। ਉਦੋਂ ਇੱਕ ਟੈਲੀਗ੍ਰਾਮ ਨੈਸ਼ਨਲ ਆਰਕਾਈਵ 'ਚ ਮੈਂ ਪ੍ਰਾਪਤ ਕੀਤੀ, ਇੱਕ ਗੁਪਤ ਫਾਈਲ ਹੈ, ਉਹਦਾ ਨੰਬਰ 77 ਹੈ, 1940 ਹੋਮ ਵਿਭਾਗ ਭਾਰਤ ਸਰਕਾਰ ਦੀ ਹੈ। ਉਹਦੇ ਵਿੱਚ ਇੱਕ ਟੈਲੀਗ੍ਰਾਮ 16 ਜੂਨ 1940 ਨੂੰ ਲੰਡਨ ਤੋਂ ਭੇਜੀ ਗਈ ਸੀ, ਇਹੀ ਜਾਣਕਾਰੀ ਹਾਸਲ ਕਰਨ ਵਾਸਤੇ ਕਿ ਊਧਮ ਸਿੰਘ ਨੇ ਕਿਹਾ ਕਿ ਮੇਰੇ ਭੈਣ ਭਾਈ ਉੱਥੇ ਮਾਰੇ ਗਏ, ਮੈਂ ਉੱਥੇ ਮੌਜੂਦ ਸੀਗਾ, ਅੰਮ੍ਰਿਤਸਰ ਦੇ ਵਿੱਚ ਮੈਂ ਮੌਜੂਦ ਸੀਗਾ। ਲੇਕਿਨ ਜਦੋਂ ਇੱਥੋਂ ਤਹਿਕੀਕਾਤ ਕੀਤੀ ਗਈ, 20 ਜੂਨ 1940 ਨੂੰ ਹੋਮ ਵਿਭਾਗ ਨੇ ਵਾਪਸੀ ਇੱਕ ਟੈਲੀਗ੍ਰਾਮ ਭੇਜੀ ਹੋਈ ਹੈ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਸੁਨਾਮ ਵਿੱਚ ਊਧਮ ਸਿੰਘ ਨਾ ਤਾਂ ਸੁਨਾਮ 'ਚ ਮੌਜੂਦ ਸੀ ਉਸ ਵੇਲੇ, ਨਾ ਹੀ ਅੰਮ੍ਰਿਤਸਰ ਦੇ ਵਿੱਚ ਮੌਜੂਦ ਸੀ, ਨਾ ਹੀ ਇਹਦਾ ਕੋਈ ਭੈਣ ਭਾਈ ਮਾਰਿਆ ਗਿਆ।
ਇਹ ਮਤਲਬ ਉਧਮ ਸਿੰਘ ਨੇ ਖੁਦ ਵੀ ਟ੍ਰਾਇਲ ਦੌਰਾਨ ਵੀ ਇਹ ਗੱਲ ਆਪ ਵੀ ਆਖੀ ਸੀਗੀ ਇਸ ਵੇਲੇ, ਠੀਕ ਹੈ ਨਾ ਜੀ। ਦੂਜੀ ਗੱਲ ਜਿਹੜੀ ਇੱਕ ਗੱਲ ਹੋਰ ਇਹ ਆਉਂਦੀ ਹੈ ਕਿ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਸਾਫ਼ ਦੱਸਦਾ ਕਿ ਜਲ੍ਹਿਆਂਵਾਲਾ ਬਾਗ ਦੇ ਵਿੱਚ ਜਿਹੜਾ ਆਉਂਦਾ ਕਿ ਉਹਨਾਂ ਨੇ ਜੀ ਮਾਈਕਲ ਅਡਵਾਇਰ ਨੂੰ ਮਾਰ ਕੇ ਉਹਦਾ ਜਲ੍ਹਿਆਂਵਾਲਾ ਬਾਗ ਦਾ ਬਦਲਾ ਲਿੱਤਾ, ਅਸਲ ਦੇ ਵਿੱਚ ਕਿ ਜਿਹੜੀ ਜਲ੍ਹਿਆਂਵਾਲਾ ਬਾਗ ਦੀ ਘਟਨਾ ਬਾਰੇ ਵੀ ਮੈਂ ਥੋੜਾ ਜਿਹਾ ਜਾਣਕਾਰੀ ਪਾਵਾਂਗਾ, ਕਿਉਂਕਿ ਜੇ ਅਸੀਂ ਇਹ ਘਟਨਾਵਾਂ ਇਹ ਗੱਲਾਂ ਨਹੀਂ ਜਾਣਾਂਗੇ ਤਾਂ ਸਾਨੂੰ ਉਧਮ ਸਿੰਘ ਦੀ ਸੋਚ ਦਾ ਅਸਲੀ ਨਹੀਂ ਪਤਾ ਲੱਗੇਗਾ, ਅਸੀਂ ਉਹਦੀ ਸੋਚ ਨੂੰ ਸੀਮਿਤ ਕਰ ਦੇਵਾਂਗੇ। ਜਲ੍ਹਿਆਂਵਾਲਾ ਬਾਗ ਦੇ ਵਿੱਚ ਕੀ ਹੋਇਆ ਸੀ ਕਿ 11 April 1919 ਨੂੰ ਅੰਮ੍ਰਿਤਸਰ ਜਿਹੜਾ ਸ਼ਹਿਰ ਸੀਗਾ ਇਹਨੂੰ ਫੌਜ ਦੇ ਹਵਾਲੇ ਕਰਤਾ ਸੀਗਾ, ਜਿਹੜਾ ਉਹਦੀ ਜਿਹੜੀ ਕਮਾਂਡ ਸੀ ਉਹ ਸੀਗਾ ਬ੍ਰਿਗੇਡੀਅਰ ਜਨਰਲ ਡਾਇਰ ਨੂੰ ਦਿੱਤੀ, ਕਿਉਂਕਿ ਜਿਹੜਾ ਮਾਈਕਲ ਅਡਵਾਇਰ ਸੀ ਇਹ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ, ਇਹਦਾ ਜਿਹੜਾ ਦਫ਼ਤਰ ਸੀਗਾ ਇਹਦੀ ਰਿਹਾਇਸ਼ ਤੇ ਦਫ਼ਤਰ ਲਾਹੌਰ ਦੇ ਵਿੱਚ ਹੁੰਦੇ ਸੀ। ਇਹ ਉਸ ਵੇਲੇ ਵੀ 11 ਤੋਂ ਲੈ ਕੇ ਜਦੋਂ ਅੰਮ੍ਰਿਤਸਰ ਸ਼ਹਿਰ ਨੂੰ ਮਤਲਬ ਕਿ ਜਿਹੜਾ ਹੈਗਾ ਆਰਮੀ ਦੇ ਹਵਾਲੇ ਕੀਤਾ ਸੀ ਤੇ ਉਸ ਵੇਲੇ ਵੀ ਇਹ ਲਾਹੌਰ ਦੇ ਵਿੱਚ ਹੀ ਸੀਗਾ। 13 April ਨੂੰ ਬ੍ਰਿਗੇਡੀਅਰ ਜਨਰਲ ਡਾਇਰ ਨੇ ਖੁਦ ਆਪਣੇ ਆਪ ਜਾ ਕੇ ਕੁਛ ਸੈਨਿਕਾਂ ਨੂੰ ਲੈ ਕੇ ਜਲਸਾ ਜਿਹੜਾ ਚੱਲ ਰਿਹਾ ਸੀਗਾ ਰੋਲ ਅਟੈਕਸ ਦੇ ਅਗੇਂਸਟ ਤੇ ਕੁਛ ਜਿਹੜੇ ਲੀਡਰਾਂ ਨੂੰ ਫੜਿਆ ਗਿਆ ਸੀ ਉਹਦੇ ਅਗੇਂਸਟ ਜਾਂ ਕੁਛ ਹੋਰ ਮੰਗਾਂ ਨੂੰ ਲੈ ਕੇ ਉਹਦੇ ਵਿੱਚ ਜਾ ਕੇ ਇਹਨੇ ਖੁਦ ਆਪਣੇ ਆਪ ਫੈਸਲਾ ਕਰਕੇ ਉੱਥੇ ਗੋਲੀਆਂ ਚਲਾਈਆਂ। ਇਹਦੀ ਪੁਸ਼ਟੀ ਮਾਈਕਲ ਅਡਵਾਇਰ ਨੇ ਇੱਕ ਕਿਤਾਬ ਲਿਖੀ ਸੀ 1925 ਦੇ ਵਿੱਚ ਜਿਹੜੀ ਮਾਰਕੀਟ 'ਚ ਅਵੇਲੇਬਲ ਹੈ, ਉਹਦੇ ਵਿੱਚ ਲਿਖਿਆ ਸੀ ਇੰਡੀਆ ਐਜ਼ ਏ ਯੂਨਿਟ। ਮੈਂ ਦੱਸਣਾ ਚਾਹਾਂਗਾ ਇਹ ਕਿਤਾਬ ਭਗਤ ਸਿੰਘ ਨੇ ਵੀ ਪੜ੍ਹੀ ਸੀ, ਉਹਨਾਂ ਦੀ ਆਪਣੀ ਜੇਲ੍ਹ ਡਾਇਰੀ ਦੇ ਵਿੱਚ ਵੀ ਇਸਦਾ ਜ਼ਿਕਰ ਕੀਤਾ 284 ਪੇਜ ਉੱਤੇ, ਠੀਕ ਹੈ। ਉਹਦੇ ਵਿੱਚ ਉਹਨੇ ਸਪਸ਼ਟ ਲਿਖਿਆ ਸੀਗਾ ਕਿ ਫੌਜੀਆਂ ਤੇ ਫੌਜ ਤੇ ਬਾਗੀਆਂ ਵਾਲੇ ਜਿਹੜੀ ਜਿਹੜੀ ਝੜਪ ਹੋਈ ਸੀ ਉਹਦੀ ਅਫਵਾਹ ਮੈਨੂੰ ਸ਼ਾਮ ਨੂੰ ਮਿਲ ਗਿਆ ਸੀ। ਆਫਿਸ਼ੀਅਲੀ ਮੈਨੂੰ ਜਿਹੜੀ ਜਾਣਕਾਰੀ ਸੀ ਇਸ ਘਟਨਾ ਬਾਰੇ ਉਸ ਘਟਨਾ ਬਾਰੇ ਮੈਨੂੰ ਅਗਲੇ ਦਿਨ ਸਵੇਰੇ 14 AM 3 ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਬੰਦਿਆਂ ਰਾਹੀਂ ਮਿਲੀ। ਮੈਂ ਇਹ ਰਿਪੋਰਟ ਉਸੇ ਵੇਲੇ ਮਤਲਬ ਜਿਹੜਾ ਵਾਇਸਰਾਏ ਨੂੰ ਸ਼ਿਮਲੇ ਭੇਜਤੀ ਸੀਗੀ, ਠੀਕ ਹੈ। ਜਿਹੜਾ ਡਾਇਰ ਸੀਗਾ ਡਾਇਰ ਨੇ ਆਪਣੀ ਜਿਹੜੀ ਰਿਪੋਰਟ ਸੀ ਉਹਦਾ ਬੋਸ ਸੀ ਜਨਰਲ ਬੈਨੋਨ ਨੂੰ ਭੇਜੀ ਸੀ। ਬੈਨੋਨ ਨੇ ਮੈਨੂੰ ਪੁੱਛਿਆ, ਬੈਨੋਨ ਦਾ ਹੈਡਕੁਆਟਰ ਵੀ ਲਾਹੌਰ ਸੀ, ਉਹ ਕਹਿੰਦਾ ਬੈਨੋਨ ਨੇ ਮੈਨੂੰ ਪੁੱਛਿਆ ਵੀ ਮੈਂ ਡਾਇਰ ਦੀ ਕਾਰਵਾਈ ਦੀ ਰਿਪੋਰਟ ਤਾਂ ਭੇਜ ਰਿਹਾ ਤੁਹਾਡਾ ਕੀ ਕਹਿਣਾ। ਤਾਂ ਜਨਰਲ ਮੈਂ ਕੁਛ ਝਿਜਕਿਆ, ਉਸ ਤੋਂ ਬਾਅਦ ਮੈਂ ਜਨਰਲ ਬੈਨੋਨ ਦੀ ਜਿਹੜੀ ਮਾਨਤਾ ਚ ਵਾਧਾ ਕੀਤਾ ਤੇ ਫਿਰ ਇਹੀ ਮੈਸੇਜ ਉਹਨੂੰ ਕਨਵੇ ਕੀਤਾ ਗਿਆ ਡਾਇਰ ਨੂੰ ਕਿ ਤੁਹਾਡੀ ਕਾਰਵਾਈ ਠੀਕ ਹੈ ਲੈਫਟੀਨੈਂਟ ਜਨਰਲ ਰਿਪੋਰਟ ਤਾਂ ਕਰਦਾ। ਉਸ ਤੋਂ ਬਾਅਦ ਹੰਟਰ ਕਮਿਸ਼ਨ ਬੈਠਿਆ, ਹੰਟਰ ਕਮਿਸ਼ਨ ਨੇ ਵੀ ਤੇ ਆਰਮੀ ਕੌਂਸਲ ਬੈਠੀ, ਦੋਨਾਂ ਨੇ ਹੀ ਜਿਹੜਾ ਸੀਗਾ ਉਹ ਡਾਇਰ ਨੂੰ ਦੋਸ਼ੀ ਠਹਿਰਾਇਆ, ਮਾਈਕਲ ਡਾਇਰ ਨੂੰ ਦੋਸ਼ੀ ਨਹੀਂ ਠਹਿਰਾਇਆ, ਕਿਉਂਕਿ ਉਹ ਸਾਰਾ ਫੈਸਲਾ ਉੱਥੇ ਗੋਲੀ ਚਲਾਉਣ ਦਾ ਜਿਹੜਾ ਸੀਗਾ ਡਾਇਰ ਨੇ ਖੁਦ ਆਪਣੇ ਆਪ ਕੀਤਾ। ਉਹਨੂੰ ਪੁੱਛਿਆ ਵੀ ਗਿਆ ਸੀ ਹੰਟਰ ਕਮਿਸ਼ਨ ਨੇ ਵੀ ਤੂੰ ਫੈਸਲਾ ਇਹ ਗੋਲੀ ਕਰਨ ਵਾਸਤੇ ਡਿਪਟੀ ਕਮਿਸ਼ਨਰ ਨੂੰ ਕਿਉਂ ਨਹੀਂ ਪੁੱਛਿਆ, ਉਹ ਕਹਿੰਦਾ ਮੇਰੇ ਕੋਲ ਸਮਾਂ ਨਹੀਂ ਸੀ ਨਾ ਡਿਪਟੀ ਕਮਿਸ਼ਨਰ ਮੇਰੇ ਕੋਲ ਮੌਜੂਦ ਸੀ। ਮੇਰਾ ਕਹਿਣ ਦਾ ਮਤਲਬ ਕਿ ਇਹ ਵੀ ਜਿਹੜਾ ਜਲ੍ਹਿਆਂਵਾਲਾ ਬਾਗ ਦੇ ਵਿੱਚ ਮਾਈਕਲ ਅਡਵਾਇਰ ਨੇ ਫੈਸਲਾ ਨਹੀਂ ਲਿੱਤਾ, ਇਹ ਬੁੱਕਸ ਡਾਕੂਮੈਂਟਸ ਅਵੇਲੇਬਲ ਨੇ ਸਾਰੇ। ਇਹ ਜਿਹੜਾ ਜਲ੍ਹਿਆਂਵਾਲਾ ਬਾਗ ਦੇ ਵਿੱਚ ਗੋਲੀ ਚਲਾਉਣ ਦਾ ਫੈਸਲਾ ਡਾਇਰ ਨੇ ਲਿੱਤਾ ਤੇ ਸਜ਼ਾ ਵੀ ਡਾਇਰ ਨੂੰ ਹੀ ਸੀ। ਹੰਟਰ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਡਾਇਰ ਨੂੰ ਉੱਥੋਂ ਹਟਾ ਦਿੱਤਾ ਗਿਆ ਸੀਗਾ ਫੌਜ ਦੀ ਨੌਕਰੀ ਤੋਂ, ਠੀਕ ਹੈ, ਤੇ ਉਹਦੀ ਤਨਖਾਹ ਅੱਧੀ ਕਰ ਦਿੱਤੀ ਸੀ। ਇਸੇ ਤਰ੍ਹਾਂ ਹੀ ਫੌਜੀ ਕਮਿਸ਼ਨ ਕੌਂਸਲ ਜਿਹੜੀ ਬਣੀ ਸੀ ਉਹਨੇ ਵੀ ਆਪਣੀ ਰਿਪੋਰਟ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਸੀ ਉਸ ਤੋਂ ਬਾਅਦ ਡਾਇਰ ਨੂੰ ਮਤਲਬ ਕਿ ਨੌਕਰੀ ਨਹੀਂ ਦਿੱਤੀ, ਕਿਤੇ ਵੀ ਫੌਜ 'ਚ ਨੌਕਰੀ ਨਾ ਦਿੱਤੀ ਜਾਵੇ, ਤੇ ਉਹ ਜਿਹੜਾ ਸੀਗਾ 23 July 1927 ਨੂੰ ਬਿਮਾਰ ਹੋ ਕੇ ਮਰ ਗਿਆ ਸੀ ਡਾਇਰ। ਮੇਰਾ ਕਹਿਣ ਦਾ ਮਤਲਬ ਕਿ ਡਾਕੂਮੈਂਟਸ ਅਵੇਲੇਬਲ ਹੈ ਉਹਦੀ ਘਟਨਾ ਵਾਸਤੇ ਮਾਈਕਲ ਅਡਵਾਇਰ ਸਿੱਧੇ ਰੂਪ 'ਚ ਜੋਤਸ਼ੀ ਨਹੀਂ ਸੀਗਾ। ਉਸ ਤੋਂ ਗਾਹ ਅੱਗੇ ਵੀ ਦੱਸਦਾ ਮੈਂ ਤੁਹਾਨੂੰ ਗੱਲ, ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਮਾਈਕਲ ਅਡਵਾਇਰ, ਜਿਵੇਂ ਆਮ ਪ੍ਰਚਲਿਤ ਗੱਲ ਇਹ ਹੈ ਕਿ ਜੀ ਮਾਈਕਲ ਅਡਵਾਇਰ ਤੇ ਗੋਲੀਆਂ ਚਲਾਈਆਂ ਤੇ ਉਹ ਮਾਰਿਆ ਗਿਆ 21 ਸਾਲ ਬਦਲ ਦਾ, ਈਵਨ ਕਿ ਕੈਕਸਟਨ ਹਾਲ ਦੇ ਵਿੱਚ ਉਧਮ ਸਿੰਘ ਨੇ 4 ਅੰਗਰੇਜ਼ ਅਫਸਰਾਂ ਤੇ 6 ਗੋਲੀਆਂ ਚਲਾਈਆਂ ਸੀਗੀਆਂ। ਪਹਿਲੀਆਂ 2 ਗੋਲੀਆਂ ਮਾਰਕਸ ਆਫ ਜੈਟਲੈਂਡ ਦੇ ਲੱਗੀਆਂ, ਜਿਹੜਾ ਜਿਹੜਾ ਕਿ ਭਾਰਤ ਵਿੱਚ ਸੈਕਟਰੀ ਆਫ ਸਟੇਟ ਸੀਗਾ ਭਾਰਤ ਦਾ ਇੰਗਲੈਂਡ ਦੇ ਵਿੱਚ। ਉਸ ਤੋਂ ਬਾਅਦ ਮਾਈਕਲ ਅਡਵਾਇਰ ਦੇ 2 ਗੋਲੀਆਂ ਲੱਗੀਆਂ, 1 ਲੂਇਸ ਡੇਨ ਦੇ ਲੱਗੀ ਸੀ, 1 ਲਾਰਡ ਲੈਮਟਨ ਦੇ ਲੱਗੀ, ਤੇ ਚਾਰੇ ਹੀ ਭਾਰਤ ਦੇ ਵਿੱਚ ਗਵਰਨਰ ਰਹੇ ਸੀ ਤੇ ਆਜ਼ਾਦੀ ਦੇ ਖਿਲਾਫ਼। ਜਿਹੜਾ ਮਾਈਕਲ ਅਡਵਾਇਰ ਸੀ ਮੌਕੇ ਤੇ ਮਰ ਗਿਆ ਸੀ, ਬਾਕੀ ਸਾਰੇ ਜ਼ਖਮੀ ਹੋ ਗਏ। ਈਵਨ ਕਿ ਉਧਮ ਸਿੰਘ ਨੇ ਫੜੇ ਜਾਣ ਤੋਂ ਬਾਅਦ ਪੁੱਛਿਆ ਸੀ ਕਿ ਜੈਟਲੈਂਡ ਮਰ ਗਿਆ, ਇਹ ਵੀ ਮਰਨਾ ਚਾਹੀਦਾ, ਮੈਂ ਉਸਦੇ 2 ਗੋਲੀਆਂ ਠੋਕੀਆਂ, ਮੇਰਾ ਯਕੀਨ ਹੈ ਕਿ ਕਈਆਂ ਨੂੰ ਮਾਰ ਦਿੱਤਾ ਹੋਵੇਗਾ, ਮੈਂ ਕਾਫੀ ਸਿਸ ਭਰਿਆ ਆਵਾਂਗਾ। ਉਸੇ ਰਸਤੇ ਵਿੱਚ ਔਰਤਾਂ ਸਨ, ਮਤਲਬ ਉਧਮ ਸਿੰਘ ਨੇ ਬਹੁਤ ਜਿਹੜੀਆਂ ਇਹ ਡਾਕੂਮੈਂਟ ਰਿਲੀਜ਼ ਹੋਣ ਤੋਂ ਬਾਅਦ ਕੈਕਸਟਨ ਹਾਲ ਦੀ ਘਟਨਾ ਦਾ 1-1 ਸਕਿੰਟ ਦਾ ਜ਼ਿਕਰ ਹੈ ਵੀ ਸਾਰੀ ਘਟਨਾ ਕਿਵੇਂ ਵਾਪਰੀ ਸਾਰੀ। ਜਿਹੜਾ ਆਮ ਕਿਹਾ ਜਾਂਦਾ ਕਿ ਜਿਹਨੇ ਮਾਈਕਲ ਅਡਵਾਇਰ ਤੇ ਗੋਲੀਆਂ ਮਾਰੀਆਂ, ਬਾਕੀ ਅੰਗਰੇਜ਼ ਅਫਸਰਾਂ ਤੇ ਗੋਲੀਆਂ ਦਾ ਜ਼ਿਕਰ ਹੀ ਨਹੀਂ ਆਉਂਦਾ, ਉੱਥੇ 6 ਗੋਲੀਆਂ ਚੱਲੇ ਸੀ, ਬਲਕਿ ਪਹਿਲੀਆਂ ਗੋਲੀਆਂ ਤਾਂ ਮਾਰਕਸ ਆਫ ਜੈਟਲੈਂਡ ਦੇ ਮਾਰੀ ਗਏ। ਇਹ ਜਿਹੜੀ ਹੈਗੀ ਹੈ ਉੱਥੇ 14 ਜਿਹੜੇ ਹੈਗੇ 14 March 1940 ਦੇ ਜਿਹੜਾ ਡੇਲੀ ਮਿਰਰ ਅਖਬਾਰ ਨਿਕਲਦਾ ਉਹਦੀ ਕਟਿੰਗ ਅਵੇਲੇਬਲ ਹੈ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਪਹਿਲੀ ਗੋਲੀ ਜੈਟਲੈਂਡ ਦੀ ਮਾਰੀ। ਈਵਨ ਕਿ ਜੈਟਲੈਂਡ ਦੀ ਖੁਦ ਆਪਣੀ ਸਟੇਟਮੈਂਟ ਹੈ ਜਿਹੜੀ ਰਿਕਾਰਡਡ ਸਟੇਟਮੈਂਟ ਹੈਗੀ ਹੈ
ਕਿ ਪਹਿਲਾਂ ਮਤਲਬ ਪਹਿਲਾਂ ਉਹਦੀ ਗੋਲੀ ਲੱਗੀ ਆ ਜੀ। ਮਤਲਬ ਇਹ ਜਿਹੜੇ ਉਹ ਹੈ ਨਾ, ਉਸ ਤੋਂ ਬਾਅਦ ਜਿਹੜੀ ਮੈਂ ਦੱਸਣ ਲੱਗਿਆ ਵੀ ਅਸਲ ਦੇ ਵਿੱਚ ਕੀ ਸੀਗਾ ਕਿ ਜਿਹੜਾ ਮਾਈਕਲ ਐਡਵਾਇਰ ਸੀਗਾ, ਮਾਈਕਲ ਐਡਵਾਇਰ ਜਿਹੜਾ ਸੀਗਾ ਇਹ ਪੰਜਾਬ ਦਾ ਮਈ 1913 ਤੋਂ ਲੈ ਕੇ 26 ਮਈ 1919 ਤੱਕ ਪੰਜਾਬ ਦਾ ਲੈਫਟਨੈਂਟ ਗਵਰਨਰ ਰਿਹਾ। ਇਹਦੇ ਦੌਰਾਨ ਸਾਰੀ ਗਦਰ ਲਹਿਰ ਨੂੰ ਕੁਚਲਣ ਦੇ ਵਿੱਚ ਇਹਦਾ ਮੇਨ ਰੋਲ ਸੀ, ਜਿਹਦੇ ਵਿੱਚ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਹੋਈ, ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਫਾਂਸੀ, ਭਾਈ ਜਗਤ ਸਿੰਘ ਨੂੰ, ਭਾਈ ਹਰਨਾਮ ਸਿੰਘ ਟੁੰਡੀਲਾ, ਮਤਲਬ ਸੈਂਕੜੇ ਹੀ ਜਿਹੜੇ ਗਦਰੀ ਹੋਏ ਸੀਗੇ ਜਿਹੜੇ ਦੇਸ਼ ਆਜ਼ਾਦੀ ਲਈ ਆਪਣੇ ਜਾਇਦਾਦਾਂ ਨੂੰ ਲੱਤ ਮਾਰ ਕੇ ਭਾਰਤ 'ਚ ਪਰਤੇ ਸੀਗੇ, ਉਹਨਾਂ ਸਾਰਿਆਂ ਨੂੰ ਫਾਂਸੀ ਦਿਵਾਉਣ ਦੇ ਵਿੱਚ, ਕਾਲੇ ਪਾਣੀ ਭੇਜਣ ਦੇ ਵਿੱਚ, ਉਹਨਾਂ ਨੂੰ ਤਸੀਹੇ ਦੇਣ ਦੇ ਵਿੱਚ, ਉਹਨਾਂ ਦੀ ਜਾਇਦਾਦਾਂ ਜ਼ਬਤ ਕਰਨ ਦੇ ਵਿੱਚ ਸਾਰਾ ਮਾਈਕਲ ਐਡਵਾਇਰ ਦਾ ਰੋਲ ਸੀਗਾ ਮੇਨ ਆ। ਉਸ ਤੋਂ ਬਾਅਦ ਵੀ ਜਦੋਂ ਜਿਹੜਾ ਊਧਮ ਸਿੰਘ ਸੀਗਾ, ਊਧਮ ਸਿੰਘ ਦੇ ਗਦਰ ਪਾਰਟੀ ਨਾਲ ਸੰਬੰਧ ਸੀਗੇ, ਜਦੋਂ ਇਹ 30 ਅਗਸਤ 1927 ਨੂੰ ਅਰੈਸਟ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਦੋਂ ਇਹਨੂੰ 5 ਸਾਲ ਦੀ ਸਜ਼ਾ ਹੋਈ ਸੀ। ਉਸ ਵੇਲੇ ਇਹਦੇ ਕੋਲੋਂ ਗਦਰ ਪਾਰਟੀ ਦਾ ਸਹਿਤ ਫੜਿਆ ਗਿਆ ਸੀ, ਗਦਰ ਦੀ ਗੂੰਜ, ਰੂਸੀ ਗਦਰ ਗਿਆਨ ਸਮਾਚਾਰ ਪੰਫਲੇਟ, ਗੁਲਾਮੀ ਦਾ ਜ਼ਹਿਰ, ਗਦਰ ਦੀ ਦੂਰੀ, ਹੋਰ ਕਈ ਪੰਫਲੇਟ ਇਹੋ ਜਿਹੇ ਸੀਗੇ ਜਿਹੜੇ ਗਦਰ ਪਾਰਟੀ ਨਾਲ ਸੰਬੰਧਿਤ ਸੀ ਮਿਲੇ। ਈਵਨ ਕਿ ਪੰਜਾਬੀ ਯੂਨੀਵਰਸਿਟੀ ਨੇ ਇੱਕ ਆਪਣਾ ਇੰਟੈਲੀਜੈਂਸ ਬਿਊਰੋ ਦੀ ਇੱਕ ਡਾਇਰੈਕਟਰੀ ਛਾਪੀ ਜਿਹੜੀ 1934 ਦੀ, ਉਹ ਅਵੇਲੇਬਲ ਹੈ ਇਸ ਵੇਲੇ, ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ। ਉਹਦੇ ਵਿੱਚ ਉਹਨਾਂ ਗਦਰੀਆਂ ਦੇ ਨਾਮ ਨੇ ਜਿਨ੍ਹਾਂ ਨੇ ਅਫਰੀਕਾ, ਅਫਗਾਨਿਸਤਾਨ, ਯੂਰਪ, ਅਮਰੀਕਾ, ਮਤਲਬ ਇਹਨਾਂ ਮੁਲਕ ਆ ਭਾਰਤ ਦੇ ਵਿੱਚ ਗਦਰ ਲੈਣ 'ਚ ਹਿੱਸਾ ਲਿਆ। ਉਹਦੇ ਵਿੱਚ ਊਧਮ ਸਿੰਘ ਦਾ ਨਾਮ ਹੈ, S44 ਉੱਤੇ ਊਧਮ ਸਿੰਘ ਦਾ ਨਾਮ ਦਰਜ ਹੈ, ਪੰਨਾ 267 ਉੱਤੇ ਕੋਈ ਵੀ ਦੇਖ ਸਕਦਾ। ਉਹਦੇ ਵਿੱਚ ਉਹਨੇ ਲਿਖਿਆ ਹੋਇਆ ਇਹ ਕਿ ਮੈਂ ਯੂਰਪੀਆਂ ਨੂੰ ਮਾਰਨਾ ਚਾਹੁੰਦਾ ਜਿਹੜੇ ਭਾਰਤੀਆਂ ਤੇ ਰਾਜ ਕਰਦੇ ਨੇ, ਵਾਸ਼ਵਿਕਾਂ ਨਾਲ ਹਮਦਰਦੀ ਹੈ ਕਿਉਂਕਿ ਉਹਨਾਂ ਦਾ ਮੰਤਵ ਵੀ ਵਿਦੇਸ਼ੀ ਕਬਜ਼ੇ ਤੋਂ ਆਜ਼ਾਦ ਕਰਾਉਣਾ। ਹਾਂਜੀ, ਕੀ ਤੁਹਾਡਾ ਕਹਿਣਾ ਕਿ ਜਿਹੜਾ ਮਾਰਿਆ ਗਿਆ, ਜਿਹੜੇ ਚਾਰ ਮਤਲਬ ਅੰਗਰੇਜ਼ ਜਿਹੜੇ ਆਫਿਸਰ ਸੀਗੇ ਜਿਹੜੇ ਕਿਸੇ ਨਾ ਕਿਸੇ ਟਾਈਮ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਤੈਨਾਤ ਰਹੇ, ਇੰਡੀਆ ਦੀ ਆਜ਼ਾਦੀ ਦੇ ਖਿਲਾਫ ਸੀਗੇ, ਇੰਡੀਆ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਸੀ, ਕਿ ਉਹਨਾਂ ਨੂੰ ਮਾਰਨ ਦੀ, ਜਿਹਨਾਂ ਜਿਹਨਾਂ ਨੇ ਮਤਲਬ ਰਾਜ ਕੀਤਾ ਜਿਹੜੇ ਜਿਹੜੇ ਕਿ ਅਹੁਦਿਆਂ 'ਤੇ ਰਹੇ, ਉਹਨਾਂ ਨੂੰ ਮਾਰਨ ਖਾਤਰ ਇਹ ਹਮਲਾ ਕੀਤਾ ਗਿਆ ਸੀ, ਨਾ ਕਿ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਦੇ ਲਈ। ਮਤਲਬ ਅਸਲ ਮਾਰਨ ਦਾ ਮਕਸਦ ਨਹੀਂ ਸੀ, ਮਾਰਨ ਦਾ ਮਕਸਦ ਤਾਂ ਇਹ ਸੀਗਾ ਕਿ ਭਾਰਤ ਨੂੰ ਆਜ਼ਾਦ ਕਰਾਉਣਾ ਚਾਹੁੰਦੇ, ਇੱਕ ਸੰਦੇਸ਼ ਦੇਣਾ ਚਾਹੁੰਦੇ ਸੀ ਦੁਨੀਆ ਭਰ ਦੇ ਵਿੱਚ, ਅਸਲ ਤਾਂ ਜਿਹੜੇ ਲੋਕ ਭਾਰਤ ਤੇ ਰਾਜ ਕਰਨਗੇ ਉਹਨਾਂ ਦਾ ਇਹ ਹਸ਼ਰ ਹੋਊਗਾ। ਹਾਂ, ਉਹਨਾਂ ਦਾ ਮਤਲਬ ਇਹ ਸੀਗਾ ਕਿ ਵੀ ਅਸੀਂ ਜਿਹੜੇ ਗਏ ਵੀ ਅਸੀਂ ਮਤਲਬ ਭਾਰਤ ਦੀ ਆਜ਼ਾਦੀ ਦੀ ਗੱਲ ਨੂੰ ਦੁਨੀਆ ਭਰ 'ਚ ਫੈਲਾਉਣ ਵਾਸਤੇ ਅਸਲ ਉਹਨਾਂ ਤੇ ਉਧਮ ਸਿੰਘ ਨੇ ਹਮਲਾ ਕੀਤਾ ਸੀ, ਬੇਸਿਕ ਤਾਂ ਇਹ ਹੈ। ਉਹਦੇ ਵਿੱਚ ਤੁਹਾਨੂੰ ਦੱਸਦੇ ਜਦੋਂ ਇੱਕ ਡੈਰੀ ਮੌਕੇ ਤੇ ਫੜਿਆ ਗਿਆ ਉਧਮ ਸਿੰਘ, ਉਹਦੇ ਵਿੱਚ ਉਹਦੇ ਜਿਹੜੀ ਇੱਕ ਡਾਇਰੀ ਫੜੀ ਗਈ ਸੀ ਸਾਲ 1940 ਵਾਲੀ, ਉਹਦੇ ਵਿੱਚ 21 ਤੇ 27 ਅਪ੍ਰੈਲ ਦੇ ਪੰਨਿਆਂ ਤੇ ਲਿਖਿਆ ਮੈਂ ਦੁਨੀਆ ਦੇਖ ਲਈ ਇੱਕੋ ਹੀ ਖਾਹਿਸ਼ ਰਹੇਗੀ ਕਿ ਮੈਂ ਭਾਰਤ ਨੂੰ ਆਜ਼ਾਦ ਦੇਖਣਾ ਚਾਹੁੰਦਾ। ਈਵਨ ਕਿ ਜੇਲ੍ਹ ਦੇ ਵਿੱਚੋਂ ਉਹਨੇ ਕਈ ਚਿੱਠੀਆਂ ਲਿਖੀਆਂ, ਇੱਕ ਚਿੱਠੀ 30 ਮਾਰਚ 1940 ਦੀ ਹੈ ਜਿਹਦੇ ਵਿੱਚ ਉਹਨੇ ਉਹ ਆਪਣੇ ਈਵਨ ਕਿ ਭਗਤ ਸਿੰਘ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਸਮਝਦਾ ਸੀਗਾ, ਉਹਦੇ ਵਿੱਚ ਉਹਨੇ ਚਿੱਠੀ ਦੇ ਵਿੱਚ ਮੈਂ ਦੋ ਤਿੰਨ ਲਾਈਨਾਂ ਪੜਾਂਗਾ, ਜਿਹੜੀ 30 ਮਾਰਚ 1940 ਦੀ ਚਿੱਠੀ ਹੈ, ਉਹਦੇ ਵਿੱਚ ਉਹਨੇ ਲਿਖਿਆ ਕਿ ਮੈਂ ਮਰਨ ਤੋਂ ਕਦੇ ਨਹੀਂ ਡਰਿਆ, ਮੈਂ ਜਲਦੀ ਮੌਤ ਨਾਲ ਵਿਆਹ ਕਰ ਲਵਾਂਗਾ, ਮੈਨੂੰ ਕੋਈ ਅਫਸੋਸ ਨਹੀਂ, ਮੈਂ ਆਪਣੇ ਦੇਸ਼ ਦਾ ਸਿਪਾਹੀ ਹਾਂ, ਇਸ ਨੂੰ 10 ਸਾਲ ਹੋ ਗਏ ਜਦੋਂ ਮੇਰਾ ਸਭ ਤੋਂ ਵਧੀਆ ਦੋਸਤ ਮੈਨੂੰ ਛੱਡ ਕੇ ਚਲਾ ਗਿਆ, ਮੇਰਾ ਯਕੀਨ ਹੈ ਮਰਨ ਤੋਂ ਬਾਅਦ ਉਸ ਨੂੰ ਮਿਲਾਂਗਾ ਕਿਉਂਕਿ ਮੇਰਾ ਇੰਤਜ਼ਾਰ ਕਰ ਰਿਹਾ, ਇਹ 23 ਤਰੀਕ ਸੀ, ਮੈਨੂੰ ਉਮੀਦ ਹੈ ਕਿ ਮੈਨੂੰ ਵੀ ਇਸੇ ਤਰੀਕ ਨੂੰ ਫਾਂਸੀ ਹੋਵੇਗੀ। ਈਵਨ ਕਿ 5 ਅਪ੍ਰੈਲ ਦੀ ਚਿੱਠੀ 'ਚ ਵੀ ਉਹਨੇ ਲਿਖਿਆ ਊਧਮ ਸਿੰਘ ਨੇ, ਮੇਰਾ ਪਿਆਰਾ ਦੋਸਤ ਸਿਰਫ ਇੱਕ ਹੀ ਬਣਾਇਆ ਸੀ, ਮੈਨੂੰ ਪਿੱਛੇ ਛੱਡ ਗਿਆ, ਮੈਂ ਨਹੀਂ ਕਿਹਾ ਪਰ ਕਹਿਣਾ ਚਾਹਾਂਗਾ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਦੱਸਿਆ, ਮੈਂ ਉਸ ਤੋਂ ਬਿਨਾਂ ਜਿਉਣ ਦਾ ਕੋਈ ਫਾਇਦਾ ਨਹੀਂ, ਉਹ ਚਲਾ ਗਿਆ, ਉਸ ਨੂੰ ਰਾਤ ਨੂੰ ਫਾਂਸੀ ਦਿੱਤੀ ਸੀ, ਮੈਨੂੰ ਹੋ ਸਕਦਾ ਸਵੇਰੇ ਮਿਲੇ। ਈਵਨ ਕਿ ਬਹੁਤ ਸਪਸ਼ਟ ਹੈ ਭਗਤ ਸਿੰਘ ਦੇ ਜਿੰਨਾਂ ਚੱਲਦੇ, ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਨੇ ਕ੍ਰਾਂਤੀਕਾਰੀ ਉਹਦੇ ਦੋਸਤਾਂ ਨੇ ਜੇਲ੍ਹਾਂ ਦੇ ਵਿੱਚ ਆਪਣੀ ਸਿਆਸੀ ਸਰਗਰਮੀਆਂ ਚਾਲੂ ਰੱਖੀਆਂ, ਕੋਈ ਨਾ ਕੋਈ ਬਹਾਨਾ ਕੱਢ ਕੇ ਭੁੱਖ ਹੜਤਾਲ ਕੀਤੀ, ਸਿਆਸੀ ਮੰਗਾਂ ਨੂੰ ਲੈ ਕੇ ਸਾਨੂੰ ਨਹਾਉਣ ਦਿੱਤਾ ਗਿਆ, ਇਸੇ ਤਰ੍ਹਾਂ ਬਿਲਕੁਲ ਸੇਮ ਟੂ ਸੇਮ ਉਸੇ ਪੈਟਰਨ ਤੇ ਊਧਮ ਸਿੰਘ ਨੇ 42 ਦਿਨ ਤੋਂ ਵੱਧ ਦਿਨ ਹੜਤਾਲ, ਉਹਨੇ ਕਿਹਾ ਮੈਨੂੰ ਕਿਤਾਬਾਂ ਪੜ੍ਹਨ ਦਿੱਤੀਆਂ ਜਾਣ, ਜਿਹੜੇ ਮੇਰੇ ਦੋਸਤਾਂ ਨੇ ਭੇਜੀਆਂ ਮੈਨੂੰ ਐਨਕ ਦਿੱਤੀ ਜਾਵੇ, ਮੈਨੂੰ 10 ਦਿਨਾਂ ਥਾਂ ਤੇ ਹਰ ਰੋਜ਼ ਨਾਲ ਦਿੱਤਾ ਜਾਵੇ। ਠੀਕ ਹੈ, ਈਵਨ ਕਿ ਇਸ ਤੋਂ ਵੀ ਜਿਹੜੀ ਹੋਰ ਗੱਲ ਹੈ ਜਿਹੜੀ ਉਹਦੀ ਸੋਚ ਬਾਰੇ ਜਿਹੜੀਆਂ ਗੱਲਾਂ ਆਉਂਦੀਆਂ ਜਿਹੜੀ ਅੱਜ ਤੱਕ ਪ੍ਰਚਲਿਤ ਨਹੀਂ ਹੈਗੀਆਂ, ਅਸਲੀ ਗੱਲ ਕੀ ਹੈ ਕਿ ਜਦੋਂ 4 ਜੂਨ ਤੇ 5 ਜੂਨ 1940 ਨੂੰ ਉਹਦਾ ਮੁਕੱਦਮਾ ਸ਼ੁਰੂ ਹੋਇਆ, ਉਸ ਵੇਲੇ ਉਹ 8 ਪੇਜ ਊਧਮ ਸਿੰਘ ਆਪਣੇ ਹੱਥ ਨਾਲ ਅੰਗਰੇਜ਼ੀ, ਉਰਦੂ ਤੇ ਗੁਰਮੁਖ ਚ ਲੈ ਕੇ ਗਿਆ ਸੀ, ਉਹਦੇ ਵਿੱਚ ਮੈਂ ਜ਼ਰੂਰ ਦੱਸਣਾ ਚਾਹਾਂਗਾ ਸ਼ਰੋਤਿਆਂ ਨੂੰ ਗੱਲਾਂ। ਉਹਦੇ ਵਿੱਚ ਉਹਨੇ ਜਦੋਂ ਸ਼ੁਰੂਆਤ ਇਸ ਗੱਲ ਤੋਂ ਕੀਤੀ ਸੀ, ਉਹਨਾਂ ਪੇਜਾਂ ਤੋਂ 25 ਮਿੰਟ ਤੱਕ ਬੋਲਦਾ ਰਿਹਾ, ਜਦੋਂ ਉਹਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਜੱਜ ਨੇ 5 ਜੂਨ ਨੂੰ ਕਿਹਾ ਕਿ ਤੂੰ ਕੁਛ ਕਹਿਣਾ ਚਾਹੁੰਦਾ, ਤਾਂ ਉਹਨੇ ਕਿਹਾ ਵੀ ਹਾਂ ਮੈਂ ਕਹਿਣਾ ਚਾਹਾਂਗਾ। ਉਹ 25 ਮਿੰਟ ਜਿਹੜੇ 8 ਪੇਜ ਆਪਣੇ ਲਿਖ ਕੇ ਲੈ ਕੇ ਗਏ ਸੀ, ਉਹ ਪੇਜ ਅਵੇਲੇਬਲ ਨੇ ਸਾਰੇ, ਉਹ ਇਸ ਵੇਲੇ ਆ ਚੁੱਕੇ ਨੇ, ਪੇਜ ਸਾਰੇ ਅਵੇਲੇਬਲ ਨੇ, ਆਪਣੀ ਕਿਤਾਬਾਂ 'ਚ ਵੀ ਦਿੱਤੇ ਨੇ। ਉਹ 8 ਪੇਜ 'ਚ 25 ਮਿੰਟ ਬੋਲਦਾ ਰਿਹਾ, ਉਹਨੇ ਸ਼ੁਰੂਆਤ ਹੀ ਆਪਣੀ ਗੱਲ ਦੇ ਇੱਥੋਂ ਕੀਤੀ, ਬ੍ਰਿਟਿਸ਼ ਸਾਮਰਾਜ ਮੁਰਦਾਬਾਦ, ਇੰਗਲੈਂਡ ਮੁਰਦਾਬਾਦ, ਅੰਗਰੇਜ਼ ਲੋਕਤੰਤਰ ਮੁਰਦਾਬਾਦ।
ਉਹਨੇ ਉਹਦੇ ਵਿੱਚ ਦੇਸ਼ ਦੀ ਆਜ਼ਾਦੀ ਬਾਰੇ ਕਿਹਾ ਸੀ ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ, ਇਹ ਮੇਰੇ ਵਾਸਤੇ ਕੁਝ ਵੀ ਨਹੀਂ, ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ, ਇਸ ਬਾਰੇ ਮੈਨੂੰ ਫਿਕਰ ਨਹੀਂ, ਮੈਂ ਕਿਸੇ ਮਕਸਦ ਲਈ ਮਰ ਰਿਹਾ, ਅਸੀਂ ਬ੍ਰਿਟਿਸ਼ ਸਾਮਰਾਜ ਦੇ ਹੱਥੋਂ ਸਤਾਏ ਹੋਏ ਹਾਂ, ਆਪਣੀ ਜਨਮ ਭੂਮੀ ਨੂੰ ਆਜ਼ਾਦ ਕਰਾਉਣ ਲਈ ਮੈਨੂੰ ਆਪਣੇ ਮਰਨ ਤੇ ਮਾਣ ਹੋਏਗਾ, ਮੈਨੂੰ ਉਮੀਦ ਹੈ ਜਦੋਂ ਮੈਂ ਚਲਾ ਗਿਆ ਮੇਰੇ ਹਜ਼ਾਰਾਂ ਦੇਸ਼ ਵਾਸੀ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਕੱਢਣ ਕਿਤੇ ਮੇਰੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਾਹਰ ਆਉਣ। ਈਵਨ ਕਿ ਉਹਨੇ ਮਜ਼ਦੂਰਾਂ ਕਿਸਾਨਾਂ ਬਾਰੇ ਕਿਹਾ ਕਿ ਜਿਹੜੇ ਮੈਂ ਭਾਰਤੀ ਪੁੱਤਰ ਦੇ ਤੌਰ ਤੇ ਆਪਣੇ ਜ਼ਮੀਨ ਦੇ ਆਪਣੇ ਪਿੰਡ ਦੇ ਜ਼ਮੀਨ ਵਾਹਕ ਦੇ ਤੌਰ ਤੇ ਬ੍ਰਿਟਿਸ਼ ਰਾਜ ਨੂੰ ਇੰਜ ਦੇਖਦਾ ਹਾਂ, ਇਹ ਜਾਲਮਨ ਨਾ ਹੈ ਅਤੇ ਭਾਰਤੀ ਲੋਕਾਂ ਦੀ ਜ਼ਿੰਦਗੀ ਲਈ ਹਾਨੀਕਾਰਕ ਹੈ, ਵੱਡੇ ਜ਼ਿਮੀਂਦਾਰ ਅਤੇ ਭਾਰਤ ਦੇ ਮਾਲਕ ਅਸਲ ਵਿੱਚ ਜਿਹੜੇ ਮੇਰੇ ਦੇਸ਼ ਦੇ ਜ਼ਰੂਰੀ ਉਦਯੋਗਾਂ ਦੇ ਮਾਲਕ ਹਨ ਉਹਨਾਂ ਦਾ ਉਦਯੋਗਾਂ ਤੇ ਕਬਜ਼ਾ ਹੈ, ਇਹ ਆਪਣੀ ਲਾਲਸਾ ਤੇ ਲਾਲਚ ਲਈ ਮੇਰੇ ਦੇਸ਼ ਦੀ ਉਪਜ ਲੈ ਜਾਂਦੇ ਹਨ ਤੇ ਕਾਮਿਆਂ ਨੂੰ ਜੀਣ ਦੇ ਹੱਕ ਤੋਂ ਵਾਂਝਾ ਕਰ ਦਿੰਦੇ ਹਨ, ਇਹ ਉਹਨਾਂ ਦੀ ਜ਼ਮੀਨੀ ਜਾਇਦਾਦ ਦਾ ਆਨੰਦ ਮਾਣਦੇ ਹਨ, ਇਹ ਮੇਰੇ ਦੇਸ਼ ਵਾਸੀਆਂ ਲਈ ਮਤਲਬ ਨਫ਼ਰਤ। ਮਤਲਬ ਉਹਨੇ ਬਹੁਤ ਗੱਲਾਂ ਜਿਹੜੀਆਂ 8 ਪੇਜਾਂ 'ਚ ਲਿਖੀਆਂ ਗਈਆਂ, ਉਹਦੇ ਵਿੱਚ ਕਰਤਾਰ ਸਿੰਘ ਸਰਾਭੇ ਵਾਲਾ ਵੀ ਸ਼ੇਰ ਹੈ ਆਪਣੇ ਹੱਥ ਨਾਲ ਲਿਖਿਆ, ਮੈਂ ਆਪਣੀ ਕਿਤਾਬ ਦੇ ਟਾਈਟਲ 'ਤੇ ਵੀ ਲਾਇਆ ਉਹਦਾ ਸੇਮ ਟੂ ਸੇਮ ਹੈਟਾਟਿਕ ਉਧਮ ਸਿੰਘ ਦੇ, ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਡ ਸਕੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਧਰੇ ਉਹਨਾਂ ਲੱਖ ਵਸੀਬਤਾਂ 'ਚ, ਮਤਲਬ ਬਹੁਤ ਕੁਛ ਉਹਦੀ ਵਿਚਾਰਧਾਰਾ ਸਪਸ਼ਟ ਹੈ, ਇਹ ਵਿਚਾਰਧਾਰਾ ਮੈਂ ਲਗਾਤਾਰ ਜਿਹੜੇ ਬੁੱਧੀਜੀਵੀ ਹੈ ਲੇਖ ਕੇ ਉਹਨਾਂ ਨੂੰ ਅਪੀਲ ਕਰਦਾ ਰਹਿੰਦਾ ਲਗਾਤਾਰ ਵੀ ਤੁਸੀਂ ਨਵੇਂ ਗੀਤ ਲਿਖੋ, ਨਵੇਂ ਮਤਲਬ ਕਿ ਕਿੱਸੇ ਲਿਖੋ, ਨਵੀਆਂ ਕਵਿਤਾਵਾਂ ਲਿਖੋ, ਨਾਟਕ ਲਿਖੋ, ਫਿਲਮਾਂ ਬਣਨ, ਤਾਂ ਜੋ ਉਧਮ ਸਿੰਘ ਜਿਸ ਗੱਲ ਹੀ ਜ਼ਿੰਦਗੀ ਕੁਰਬਾਨ ਕੀਤੀ, ਦੇਸ਼ ਦੀ ਆਜ਼ਾਦੀ ਵਾਸਤੇ ਜਿਹਨੇ ਜ਼ਿੰਦਗੀ ਕੁਰਬਾਨ ਕੀਤੀ, ਚੰਗੇ ਸਮਾਜ ਵਾਸਤੇ ਗੱਲ ਕੀਤੀ, ਉਹ ਗੱਲ ਆਵੇ ਵਾਰ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਤੁਹਾਡੀ, ਬਿਲਕੁਲ। ਸਰੋਤਿਆਂ ਨੂੰ ਵੀ ਕਹਿਣਾ ਚਾਹਾਂਗੇ ਕਿ ਜਿੱਥੇ ਵੀ ਕਿਤੇ ਉਧਮ ਸਿੰਘ ਬਾਰੇ ਗੱਲ ਵੈਸੇ ਘੱਟ ਹੁੰਦੀ ਹੈ ਆਪਣੇ ਸਮਾਜ ਦੇ ਵਿੱਚ, ਸ਼ਹੀਦਾਂ ਬਾਰੇ ਜਾਂ ਇਸ ਤਰ੍ਹਾਂ ਦੇ ਜਿਹਨਾਂ ਦਾ ਕੰਟਰੀਬਿਊਸ਼ਨ ਹੈ, ਪਰ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਅੱਜ ਜੋ ਸਾਡੇ ਹਿੱਸੇ ਆ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਆ। ਔਰ ਦੂਸਰੀ ਗੱਲ ਹੈ ਕਿ ਜਦੋਂ ਕਦੇ ਸ਼ਹੀਦ ਉਧਮ ਸਿੰਘ ਬਾਰੇ ਗੱਲ ਹੁੰਦੀ ਆ ਤੁਹਾਡੇ ਆਲੇ ਦੁਆਲੇ ਵਿਚਰਦਿਆਂ, ਤੁਸੀਂ ਆਪਣੇ ਬੱਚਿਆਂ ਨਾਲ ਗੱਲ ਕਰਦੇ ਹੋ ਜਾਂ ਉਂਝ ਡਿਸਕਸ਼ਨ ਹੁੰਦੀ ਹੈ ਕਿਤੇ, ਤਾਂ ਜ਼ਰੂਰ ਇਸ ਪੱਖ ਨੂੰ ਰੱਖੋ ਕਿ ਸ਼ਹੀਦ ਉਧਮ ਸਿੰਘ ਦਾ ਦੇਸ਼ ਲਈ ਇੰਨਾ ਹੀ ਨਹੀਂ ਕੀਤਾ, ਉਹਨੇ ਕਿ ਮਾਈਕਲ ਅਡਵੈਰ ਨੂੰ ਮਾਰਿਆ, ਉਹਨੇ ਦੇਸ਼ ਦੀ ਆਜ਼ਾਦੀ ਦੇ ਲਈ ਦੇਸ਼ਾਂ ਵਿਦੇਸ਼ਾਂ ਤੋਂ ਲੈ ਕੇ ਹਰ ਥਾਂ 'ਤੇ ਕੰਮ ਕੀਤਾ, ਜੇਲ੍ਹਾਂ ਦੇ ਵਿੱਚ ਰਹੇ, ਜੇਲ੍ਹਾਂ ਦੇ ਵਿੱਚ ਬੈਠ ਕੇ ਸਟਰਗਲ ਕੀਤਾ ਇਕੱਲਿਆਂ। ਜਿਹਦੇ ਅਸੀਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੀ ਪੂਰੀ ਪਾਰਟੀ ਸੀ, ਉਹ ਪੂਰੇ ਮਤਲਬ ਉਹਨਾਂ ਦੇ ਆਪਸ ਵਿੱਚ ਇਕੱਠੇ ਨੌਜਵਾਨ ਸੀਗੇ ਉਹ, ਪਰ ਸ਼ਹੀਦ ਊਧਮ ਸਿੰਘ ਨੇ ਇਕੱਲਿਆਂ ਵਿਦੇਸ਼ ਦੀ ਧਰਤੀ ਦੇ ਉੱਪਰ ਜੇਲ੍ਹ 'ਚ ਰਹੇ ਅਤੇ ਵਿਦੇਸ਼ ਦੀ ਧਰਤੀ 'ਤੇ ਫਾਂਸੀ ਦੀ ਸਜ਼ਾ ਹੋਈ ਔਰ ਵਿਦੇਸ਼ ਦੇ ਵਿੱਚ ਹੀ ਉਹਦਾ ਟ੍ਰਾਇਲ ਚੱਲਿਆ। ਸੋ ਸ਼ਹੀਦ ਊਧਮ ਸਿੰਘ ਦਾ ਜਿਹੜਾ ਕੰਟਰੀਬਿਊਸ਼ਨ ਆ, ਇਹਨੂੰ ਬੜੇ ਧੜੱਲੇ ਨਾਲ ਸਾਨੂੰ ਇਸ ਚੀਜ਼ ਨੂੰ ਵੀ ਪ੍ਰਚਾਰਨਾ ਚਾਹੀਦਾ ਕਿ ਸ਼ਹੀਦ ਊਧਮ ਜੀ। ਮੈਂ ਦੋ ਗੱਲਾਂ ਹੋਰ ਕਹਾਂਗਾ ਜਿਹੜੀ ਸਰੋਤਾਂ ਜ਼ਰੂਰੀ ਹੈ। ਇੱਕ ਤਾਂ ਉਹਦਾ ਨਾਮ ਜਿਹੜਾ ਆਮ ਬਹੁਤ ਲੇਖਕਾਂ ਨੇ ਵੀ ਲਿਖਿਆ ਕਿ ਰਾਮ ਮੁਹੰਮਦ ਸਿੰਘ ਆਜ਼ਾਦ, ਕੁਛ ਕਿਤਾਬਾਂ 'ਚ ਵੀ ਲਿਖਿਆ, ਅਸਲ ਜੋ ਉਹਨਾਂ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਉਹਨਾਂ ਨੇ ਕਦੇ ਵੀ ਨਹੀਂ ਰੱਖਿਆ, ਉਹਨਾਂ ਦਾ ਨਾਮ ਸੀ ਮੁਹੰਮਦ ਸਿੰਘ ਆਜ਼ਾਦ। ਊਧਮ ਸਿੰਘ ਨੇ ਬਹੁਤ ਨਾਮ ਰੱਖੇ, 10 ਨਾਮ ਤਾਂ ਉਹਨਾਂ ਨੇ ਲੱਭ ਲਿੱਤੇ, ਉਹ ਬਹੁਤ ਇੱਕ ਲੰਬਾ ਸਮਾਂ ਇੱਕ ਥਾਂ 'ਤੇ ਨਹੀਂ ਰਹੇ, ਥਾਂ ਥਾਂ ਆਪਣਾ ਨਾਮ ਬਦਲ ਕੇ, ਯਾਨੀ ਕਿ ਆਪਣਾ ਭੇਸ ਵੀ ਨਾਮ ਬਦਲ ਕੇ ਲਗਾਤਾਰ ਵਿਚਰਦੇ ਰਹੇ ਹੈ। ਉਹਨਾਂ ਦਾ ਰਾਮ ਮੁਹੰਮਦ ਸਿੰਘ ਆਜ਼ਾਦ ਕਦੇ ਵੀ ਨਹੀਂ ਆਇਆ, ਉਹਨਾਂ ਨੇ ਆਪਣੇ ਹੱਥ 'ਤੇ ਵੀ ਟੈਟੂ ਬਣਾਇਆ ਸੀ ਮੁਹੰਮਦ ਸਿੰਘ ਆਜ਼ਾਦ ਦਾ, ਉਹਨਾਂ ਨੇ ਜਿੰਨੀਆਂ ਚਿੱਠੀਆਂ ਜੇਲ੍ਹ 'ਚੋਂ ਲਿਖੀਆਂ ਮੁਹੰਮਦ ਸਿੰਘ ਆਜ਼ਾਦ ਦੇ ਨਾਂ 'ਤੇ ਲਿਖੀਆਂ। ਈਵਨ ਕਿ ਰੋਜ਼ਰ ਪਰਕਨ ਨੇ ਵੀ ਲਿਖਿਆ ਕਿ ਜਦੋਂ ਉਹਨੂੰ ਜੇਲ੍ਹ ਬੰਦੇ ਨੇ ਫੜਿਆ ਤਾਂ ਉਹਨੇ ਆਪ ਖੁਦ ਦੱਸਿਆ ਵੀ ਜਿਹੜਾ ਮੇਰਾ ਨਾਮ ਹੈ ਮੁਹੰਮਦ ਸਿੰਘ ਆਜ਼ਾਦ, ਇਹ ਮੁਸਲਿਮ ਸਿੱਖ ਹਿੰਦੂ ਏਕਤਾ ਦਾ ਪ੍ਰਤੀਕ ਜੀ। ਸੋ ਜੇ ਅਸੀਂ ਅੱਗੇ ਗੱਲ ਕਰੀਏ ਰਾਕੇਸ਼ ਜੀ ਕਿ ਸ਼ਹੀਦ ਊਧਮ ਸਿੰਘ ਦੇ ਬਾਰੇ ਜਿਹੜੇ ਸਾਡੇ ਇਤਿਹਾਸਕਾਰਤਾ ਨੇ ਜਾਂ ਸਾਡੀਆਂ ਸਰਕਾਰਾਂ ਨੇ ਜਾਂ ਸਾਡੀਆਂ ਜਥੇਬੰਦੀਆਂ ਨੇ, ਉਹਨਾਂ ਨੇ ਸ਼ਹੀਦ ਊਧਮ ਸਿੰਘ ਨੂੰ ਸਜਾਉਣ ਦੇ ਲਈ ਉਹਨਾਂ ਦੇ ਮਤਲਬ ਕਿ ਯਾਦਗਾਰਾਂ ਸਥਾਪਿਤ ਕੀਤੀਆਂ ਜਾਂਦੀਆਂ ਨੇ, ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਨਾਟਕ ਲਿਖੇ ਜਾਂਦੇ ਨੇ, ਜਾਂ ਜਿਹੜੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਉਹਨਾਂ ਨੂੰ ਸੁਰੱਖਿਅਤ ਕਰਕੇ ਰੱਖਿਆ ਜਾਂਦਾ ਤਾਂ ਕਿ ਅਸੀਂ ਮਤਲਬ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਯਾਦ ਕਰ ਸਕਣ ਔਰ ਅਸੀਂ ਉਹਨਾਂ ਤੋਂ ਸਮੇਂ ਸਮੇਂ 'ਤੇ ਕੁਝ ਸਿੱਖ ਸਕੀਏ, ਹੈ ਨਾ, ਉਹਨਾਂ ਦੇ ਅਹਿਸਾਨਮੰਦ ਅਸੀਂ ਹੈਗੇ। ਉਹਦੇ ਵਿੱਚ ਇੱਕ ਹੋਰ ਵੀ ਉਹਦੇ ਵਿੱਚ ਇੱਕ ਹੋਰ ਸਮੱਸਿਆ ਆਏ ਦੇ ਕਿ ਸ਼ਹੀਦ ਊਧਮ ਸਿੰਘ ਬਾਰੇ ਇਹ ਬਹੁਤ ਇੱਕ ਹੋਰ ਮੈਂ ਦੱਸਣਾ ਚਾਹਾਂਗਾ, ਬਹੁਤ ਸਰੋਤ ਜਿਹੜੇ ਬਾਹਰ ਲੇਖ ਉਹਨੂੰ ਨਹੀਂ ਪਤਾ, ਸ਼ਹੀਦ ਮਤਲਬ 1947 ਦੇ ਅੰਗਰੇਜ਼ਾਂ ਦੇ ਭਾਰਤ ਤੋਂ ਜਾਣ ਤੋਂ ਬਾਅਦ ਵੀ ਅਸੀਂ ਲਗਾਤਾਰ ਸਟਰਗਲ ਕਰ ਰਹੇ ਕਿ ਸ਼ਹੀਦ ਊਧਮ ਸਿੰਘ ਦਾ ਵਿਸ਼ਵ ਪੱਧਰ ਦਾ ਕੋਈ ਮਿਊਜ਼ੀਅਮ ਸੁਨਾਮ ਦੇ ਵਿੱਚ ਬਣੇ, ਨਾਮ ਊਧਮ ਸਿੰਘ ਵਾਲਾ ਉਹਦਾ ਨਾਮ ਹੋ ਗਿਆ ਹਨ। ਇਸ ਵੇਲੇ 70 ਸਾਲ ਬਾਅਦ ਵੀ ਉਹਦੀਆਂ ਚੀਜ਼ਾਂ ਦੇਸ਼ਾਂ ਭਾਰਤ ਦੇ ਵਿੱਚ ਤੇ ਵਿਦੇਸ਼ਾਂ 'ਚ ਰੁਲ ਰਹੀਆਂ ਨੇ। ਦੇਖੋ ਲਗਾਤਾਰ ਉੱਥੇ ਵਾਅਦੇ ਕੀਤੇ ਜਾ ਰਹੇ ਨੇ ਕਿ ਉਹਦੀ ਯਾਦਗਾਰ ਬਣੇਗੀ, ਯਾਦਗਾਰ ਬਣੇਗੀ, ਪਰ ਅਜੇ ਤੱਕ ਜ਼ਮੀਨ ਜ਼ਰੂਰ ਇੱਕ ਪਿਛਲੇ ਸਾਲ ਲਿੱਤੀ ਗਈ ਹੈ, ਲੇਕਿਨ ਉੱਥੇ ਅਜੇ ਤੱਕ ਕੁਛ ਨਹੀਂ ਹੋਇਆ। ਊਧਮ ਸਿੰਘ ਦੇ ਜੋ ਅਸਥੀਆਂ ਦੇ ਦੋ ਕਲਸ ਨੇ ਅੱਜ ਵੀ ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਦੀ ਲਾਇਬ੍ਰੇਰੀ 'ਚ ਰੁਲ ਰਹੇ ਨੇ। ਈਵਨ ਕਿ ਉਹਦੀ ਚਿੱਠੀਆਂ ਹੈਗੀਆਂ ਜਿਹੜੀਆਂ ਇਸ ਵੇਲੇ ਜਿਹੜੀਆਂ ਓਰੀਜਨਲ ਚਿੱਠੀਆਂ ਉਹਨਾਂ ਨੇ ਜੇਲ੍ਹ 'ਚੋਂ ਲਿਖੀਆਂ ਸੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਪਈਆਂ ਨੇ। ਹੀਰ ਦੀ ਕਾਪੀ ਜਿਹੜੀ ਉਹਨਾਂ ਦੀ ਸੀਗੀ ਉਹ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਪਈ, ਜਿਹਨਾਂ ਦੇ
ਮਤਲਬ ਇਹ ਅਸੀਂ ਲਗਾਤਾਰ ਹੀ ਮੰਗ ਕਰਦੇ ਆ ਰਹੇ ਹਾਂ ਕਿ ਸ਼ਹੀਦ ਦੀਆਂ ਜਿਹੜੀਆਂ ਹੈਗੀਆਂ ਆਪਣਾ ਹੈਗੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸੰਭਾਲਣੀਆਂ ਚਾਹੀਦੀਆਂ ਤਾਂ ਜੋ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਸ਼ਹੀਦ ਦੀ ਜ਼ਿੰਦਗੀ ਬਾਰੇ ਸੋਚ ਬਾਰੇ ਪਤਾ ਲੱਗਣ ਲਗਾਤਾਰ ਅਸੀਂ ਮੰਗ ਕਰ ਰਹੇ ਕਈ ਸਾਲਾਂ ਤੋਂ ਅਸੀਂ ਮਤਲਬ ਇਸ ਗੱਲ ਉੱਤੇ ਸੰਘਰਸ਼ ਕਰ ਰਹੇ ਕਿ ਉਹਦੀ ਯਾਦਗਾਰ ਸੁਨਾਮ ਦੇ ਵਿੱਚ ਬਣਨੀ ਚਾਹੀਦੀ ਹੈ ਸਾਡਾ ਸੰਘਰਸ਼ ਹਾਲੇ ਵੀ ਜਾਰੀ ਹੈ ਜੀ ਸੋ ਇਹ ਬਹੁਤ ਵੱਡਾ ਸਾਡਾ ਦੁਖਾਂਤ ਹੈਗਾ ਕਿ ਅਸੀਂ ਜਿਹੜੀਆਂ ਚੀਜ਼ਾਂ ਜਿਹੜੇ ਮਤਲਬ ਸਾਡੇ ਸ਼ਹੀਦ ਹੋਏ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਉਹਨਾਂ ਦੀਆਂ ਯਾਦਾਂ ਨੇ ਜਾਂ ਉਹਨਾਂ ਦੀਆਂ ਮਤਲਬ ਉਹਨਾਂ ਦੀ ਫਿਲੋਸਫੀ ਹੈ ਇੱਕ ਤਰ੍ਹਾਂ ਕਹਿੰਦਾ ਜਿਵੇਂ ਤੁਸੀਂ ਮਤਲਬ ਰਕੇਸ਼ ਜੀ ਨੇ ਦੱਸਿਆ ਕਿ ਉਹਨਾਂ ਦੀਆਂ ਚਿੱਠੀਆਂ ਨੇ ਉਹਨਾਂ ਦੀ ਮਤਲਬ ਡਾਇਰੀ ਆ ਜਿਹੜੀਆਂ ਕਿ ਇੱਕ ਤਰੀਕੇ ਦੇ ਨਾਲ ਇੱਕ ਆਈਡੀਓਲੋਜੀ ਆ ਪੂਰੀ ਦੀ ਪੂਰੀ ਇੱਕ ਹਿਸਟਰੀ ਉਹਦੇ ਵਿੱਚ ਹੈ ਨਾ ਫਸਟ ਹੈਂਡ ਇਨਫੋਰਮੇਸ਼ਨ ਹਿਸਟਰੀ ਬਾਰੇ ਹੈਗੀ ਆ ਤਾਂ ਮਤਲਬ ਸਾਡੀਆਂ ਸਰਕਾਰਾਂ ਨੂੰ ਸਾਡੇ ਜ਼ਰੂਰ ਇਸ ਗੱਲ 'ਤੇ ਐਫਰ ਕਰਨੇ ਚਾਹੀਦੇ ਨੇ ਕਿ ਜਿਹੜਾ ਇਸ ਤਰ੍ਹਾਂ ਦੇ ਕੋਈ ਮਿਊਜ਼ੀਅਮ ਜਾਂ ਇਸ ਤਰ੍ਹਾਂ ਦੇ ਕੋਈ ਬਿਲਡਿੰਗਾਂ ਦੀ ਉਸਾਰੀ ਕੀਤੀ ਜਾਵੇ ਜਿੱਥੇ ਉਹਨਾਂ ਦੇ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਸਾਂਭ ਕੇ ਰੱਖਿਆ ਜਾ ਸਕੇ ਰਾਕੇਸ਼ ਜੀ ਕੀ ਲੱਗਦਾ ਤੁਹਾਨੂੰ ਕਿ ਇਹ ਕਿਹਦੀ ਜ਼ਿੰਮੇਵਾਰੀ ਆ ਜਾਂ ਫਿਰ ਲੋਕਾਂ ਨੂੰ ਆਪਸ ਦੇ ਵਿੱਚ ਜੁੜ ਕੇ ਹੀ ਕੋਈ ਹਮਲਾ ਮਾਰਨਾ ਪਊਗਾ ਜਾਂ ਸਰਕਾਰਾਂ ਕਰਨਗੀਆਂ ਇਹ ਕੰਮ ਜਾਂ ਨਹੀਂ ਦੇਖੋ ਇਹ ਤਾਂ ਜਥੇਬੰਦੀਆਂ ਜਿਹੜੀ ਹੈਗੀਆਂ ਕੋਈ ਇਕੱਲੇ ਤੋਂ ਇਕੱਲੇ ਦਾ ਬੰਦੇ ਦਾ ਹੈ ਨੀਗਾ ਤਾਂ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਜਿਹੜੇ ਸ਼ਹੀਦਾਂ ਨਾਲ ਜੁੜੇ ਵਾਰਸ ਨੇ ਸ਼ਹੀਦਾਂ ਦੇ ਵਾਰਸ ਨੇ ਜਿਹੜੇ ਜਥੇਬੰਦੀਆਂ ਕਹਾਉਂਦੀਆਂ ਨੇ ਇਹ ਤਾਂ ਇਹਨਾਂ ਨੂੰ ਇਹਦੇ ਬਾਰੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਫਸਟ ਆਫ ਆਲ ਤਾਂ ਹੈਗਾ ਵੀ ਜਿਹੜਾ ਹੈਗਾ ਪ੍ਰਸ਼ਾਸਨ ਤੇ ਹੋਰ ਤੇ ਦਬਾਅ ਬਣਾਉਣਾ ਚਾਹੀਦਾ ਸ਼ਹੀਦਾਂ ਜਿਹਨਾਂ ਨੇ ਆਪਣੀ ਜ਼ਿੰਦਗੀਆਂ ਦੇਸ਼ ਦੀ ਆਜ਼ਾਦੀ ਵਾਸਤੇ ਕੁਰਬਾਨ ਕੀਤੀਆਂ ਵੀ ਇਹ ਤਾਂ ਸਾਡੇ ਦੇਸ਼ ਦਾ ਮੁੱਢਲਾ ਫਰਜ਼ ਹੈ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਸੰਭਾਲਣਾ ਜਿਹਨਾਂ ਨੇ ਅਨਮੋਲ ਜ਼ਿੰਦਗੀਆਂ ਕੁਰਬਾਨ ਕਰਤੀਆਂ ਆਪਣੀਆਂ ਤੇ ਜਿਹੜੇ ਉਮੀਦ ਕਰਦੇ ਸੀ ਕਿ ਜਦੋਂ ਮੈਂ ਚਲਾ ਗਿਆ ਹਜ਼ਾਰਾਂ ਦੇਸ਼ ਵਾਸੀ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਿਆਉਣਗੇ ਇੱਥੇ ਤਾਂ ਉਹਦੀ ਚੀਜ਼ਾਂ ਹੀ ਨਹੀਂ ਸੰਭਾਲ ਲਿਆ ਕੋਈ ਆਜ਼ਾਦ ਤਾਂ ਚਲੋ ਜਿਹੜਾ 47 ਦੇ ਵਿੱਚ ਉਸ ਤੋਂ ਬਾਅਦ ਵੀ ਉਹਦੇ ਕੋਈ ਨਹੀਂ ਸੰਭਾਲੇ ਦਾ ਜਥੇਬੰਦੀਆਂ ਨੂੰ ਚਾਹੀਦਾ ਕਿ ਉਹ ਦਬਾਅ ਬਣਾਉਣ ਤੇ ਮਤਲਬ ਇਸ ਗੱਲ ਤੇ ਕਿ ਜਲਦੀ ਤੋਂ ਜਲਦੀ ਜਿਹੜੀ ਯਾਦਗਾਰ ਹੈਗੀ ਹੈ ਸੁਨਾਮ ਦੇ ਵਿੱਚ ਉਸ ਤਰ੍ਹਾਂ ਜੀ ਤੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੁਸੀਂ ਸਾਡੇ ਸਰੋਤਿਆਂ ਨੂੰ ਦੇਖੋ ਉਹਦੇ ਬਾਰੇ ਮੈਂ ਇੱਕ ਦੋ ਗੱਲਾਂ ਹੋਰ ਜ਼ਰੂਰ ਦੱਸਣਾ ਚਾਹਾਂਗਾ ਸ਼ਹੀਦ ਬਾਰੇ ਇੱਕ ਤਾਂ ਜਿਹੜੀ ਗੱਲ ਇਹ ਹੈ ਕਿ ਸ਼ਹੀਦ ਦੀ ਜਿਹੜੀ ਫੋਟੋ ਦੀ ਵੀ ਮੈਂ ਗੱਲ ਦੱਸਣਾ ਚਾਹਾਂਗਾ ਕਿ ਜਿਹੜੀ ਸ਼ਹੀਦ ਉਧਮ ਸਿੰਘ ਦੀਆਂ ਬਹੁਤ ਆਮ ਜਿਹੜੀਆਂ ਹੈਗੀਆਂ ਅਸਲੀ ਫੋਟੋਆਂ ਵੀ ਅਵੇਲੇਬਲ ਹੈ ਪਰ ਮੈਕਸੀਮਮ ਤੌਰ ਦੇ ਉੱਤੇ ਲੋਕ ਜਿਹੜੀ ਹੈਗੀ ਹੈ ਫੋਟੋਆਂ ਨਕਲੀ ਫੋਟੋਆਂ ਦੀ ਯੂਜ਼ ਕਰ ਰਹੇ ਨੇ ਈਵਨ ਕਿ ਜਿਹੜੇ ਮਤਲਬ ਕਿ ਬੁੱਤ ਵੀ ਲੱਗੇ ਨੇ ਉਧਮ ਸਿੰਘ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਭਾਰਤ ਦੇ ਹਿੱਸੇ ਜਾਂ ਕੋਈ ਵਿਦੇਸ਼ਾਂ 'ਚ ਵੀ ਕਿੱਦਾਂ ਲੱਗੇਗਾ ਉਹ ਕੋਈ ਵੀ ਉਹਦੀ ਅਸਲੀ ਸ਼ਕਲ ਨਾਲ ਨਹੀਂ ਮਿਲਦਾ ਉਹ ਜ਼ਰੂਰ ਸਾਨੂੰ ਉਧਮ ਸਿੰਘ ਦੀ ਕੋਈ ਅਸਲੀ ਫੋਟੋਆਂ ਇੱਕ ਜਿਵੇਂ ਅਖਬਾਰਾਂ ਦੇ ਵਿੱਚ ਵੀ ਜਦੋਂ ਛਾਪਦੀਆਂ ਜਾਂ ਕੁਛ ਲੇਖਕ ਵੀ ਆਪਣੀ ਕਿਤਾਬਾਂ ਦੇ ਟਾਈਟਲ ਤੇ ਲੈਂਦੇ ਕੁਛ ਨਾਟਕ ਕੋਈ ਜਥੇਬੰਦੀਆਂ ਵੀ ਪੋਸਟਾਂ ਤੇ ਲੈਂਦੀਆਂ ਉਧਮ ਸਿੰਘ ਦੀ ਸਹੀ ਫੋਟੋ ਲੱਗਣੀ ਚਾਹੀਦੀ ਹੈ ਬੁੱਤ ਵੀ ਜਿਹੜੇ ਬਣਨੇ ਚਾਹੀਦੇ ਆ ਉਹਦੇ ਮਤਲਬ ਕਿ ਸਹੀ ਤੋਂ ਸਹੀ ਬਣਨੇ ਚਾਹੀਦੇ ਆ ਦੂਜਾ ਇਹ ਹੈਗਾ ਵੀ ਜਿਹੜੀ ਉਹਦੀਆਂ ਚੀਜ਼ਾਂ ਨੂੰ ਸੰਭਾਲ ਕੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹਦਾ ਉੱਥੇ ਯਾਦਗਾਰ ਉਸਰਨੀ ਚਾਹੀਦੀ ਹੈ ਈਵਨ ਕਿ ਬੁੱਧੀਜੀਵੀ ਜਿਹੜੇ ਲੇਖਕ ਨੇ ਇਤਿਹਾਸਕਾਰ ਨੇ ਇਹਨਾਂ ਨੂੰ ਸ਼ਹੀਦ ਉਧਮ ਸਿੰਘ ਦੀ ਜ਼ਿੰਦਗੀ ਬਾਰੇ ਸਹੀ ਜਾਣਕਾਰੀ ਲੈ ਕੇ ਸੈਮੀਨਾਰ ਹੋਣੇ ਚਾਹੀਦੇ ਆ ਤਾਂ ਜੋ ਉਧਮ ਸਿੰਘ ਦੀ ਸਹੀ ਸੋਚ ਦੇਸ਼ ਦੀ ਆਜ਼ਾਦੀ ਵਾਲੀ ਸੋਚ ਕਿਉਂਕਿ ਅਸੀਂ ਬਦਲੇ ਤੱਕ ਉਹਨੂੰ ਕਰਕੇ ਉਧਮ ਸਿੰਘ ਦੀ ਕੁਰਬਾਨੀ ਨੂੰ ਘਟਾ ਕੇ ਦੇਖਿਆ ਉਧਮ ਸਿੰਘ ਦਾ ਜਿਹੜਾ ਦਰਸ ਸੀਗਾ ਸੋਚ ਸੀ ਜ਼ਿਆਦਾ ਵੱਡੀ ਸੀਗੀ ਉਧਮ ਸਿੰਘ ਕਿਤੇ ਮਹਾਨ ਸੀਗਾ ਠੀਕ ਹੈ ਨਾ ਉਹ ਸਹੀ ਸੋਚ ਜਿਹੜੀ ਆ ਲੋਕਾਂ ਤੱਕ ਜਾਣੀ ਚਾਹੀਦੀ ਹੈ ਨਵੇਂ ਗੀਤ ਹੈ ਜਾਂ ਨਵੇਂ ਨਾਟਕ ਹੈ ਕਵਿਤਾਵਾਂ ਹੈ ਕਿੱਸੇ ਹੈ ਇਹ ਲਿਖੇ ਜਾਣੇ ਚਾਹੀਦੇ ਆ ਫਿਲਮਕਾਰਾਂ ਨੂੰ ਵੀ ਜਿਹੜੇ ਹੈ ਢਾਡੀ ਜੱਥੇ ਵਾਲੇ ਇਹਨੂੰ ਨਵੀਆਂ ਜਿਹੜੀਆਂ ਵਾਰਾਂ ਹੈਗੀਆਂ ਉਹ ਵੀ ਸਹੀ ਵਿਚਾਰਧਾਰਾ ਤੇ ਗਾਉਣੀਆਂ ਚਾਹੀਦੀਆਂ ਦਸਤਾਵੇਜ਼ੀ ਫਿਲਮਾਂ ਤੇ ਬਣਨੀਆਂ ਚਾਹੀਦੀਆਂ ਜੀ ਤਾਂ ਜੋ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹ ਸ਼ਹੀਦਾਂ ਨੂੰ ਸਾਡਿਆਂ ਨੂੰ ਜਿਹੜੇ ਕਿ ਜਾਣੇ ਉਹਨਾਂ ਬਾਰੇ ਉਹਨਾਂ ਦੀ ਵਿਚਾਰਧਾਰਾ ਵਿੱਚ ਉਹਨਾਂ ਤੋਂ ਪ੍ਰੇਰਨਾ ਲਵੇ ਕਿ ਸਾਡੇ ਸ਼ਹੀਦਾਂ ਨੇ ਜਿਹੜੀ ਜ਼ਿੰਦਗੀ ਕੁਰਬਾਨ ਕੀਤੀ ਹੈ ਜਿਹੜੀ ਆਜ਼ਾਦੀ ਦਾ ਮਕਸਦ ਕਿਸੇ ਮਤਲਬ ਕਿਸੇ ਇੰਨੀ ਸੌਖੀ ਆਜ਼ਾਦੀ ਨਹੀਂ ਮਿਲੀ ਹੈਗੀ ਉਹਨਾਂ ਦੀ ਕੁਰਬਾਨੀਆਂ ਦੀ ਪਿੱਛੇ ਬਹੁਤ ਬਹੁਤ ਵੱਡੀ ਦੇਰ ਜੀ ਬਿਲਕੁਲ ਸੋ ਕੁਰਬਾਨੀਆਂ ਨੂੰ ਜਿਹੜਾ ਸਜਦਾ ਕਰਨਾ ਔਰ ਕੁਰਬਾਨੀਆਂ ਨੂੰ ਸਜੋ ਕੇ ਰੱਖਣਾ ਇਹ ਕੌਮਾਂ ਦਾ ਕੰਮ ਹੁੰਦਾ ਜੇ ਅਸੀਂ ਨਹੀਂ ਕਰਦੇ ਤਾਂ ਇਹ ਆਪਣੇ ਆਪ ਦੇ ਵਿੱਚ ਸਾਡੇ ਜ਼ਮੀਰ ਦਾ ਮਰ ਜਾਣਾ ਸਾਡਾ ਆਪਾ ਖਤਮ ਹੋ ਜਾਣ ਵਾਲੀ ਗੱਲ ਹੁੰਦੀ ਹੈ ਸੋ ਬਿਲਕੁਲ ਰਾਕੇਸ਼ ਜੀ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਆ ਔਰ ਸਰੋਤੇ ਮੈਂ ਨਾਲ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗੀ ਕਿ ਸਰਕਾਰਾਂ ਦਾ ਕੰਮ ਹੁੰਦਾ ਸਰਕਾਰ ਇਸ ਟਾਈਮ 'ਤੇ ਬੜੇ ਸੱਭਿਆਚਾਰਕ ਕਮਿਸ਼ਨ ਬਣਾ ਰਹੀ ਆ ਜੇ ਉਹ ਪਤਾ ਨਹੀਂ ਕਿਆ ਕਿਆ ਪਰ ਗੱਲ ਇਹ ਆ ਕਿ ਜੇ ਅਸੀਂ ਗੱਲ ਕਰੀਏ ਸੁਨਾਮ ਇਲਾਕੇ ਦੀ ਜੇ ਅਸੀਂ ਗੱਲ ਕਰੀਏ ਮਤਲਬ ਪਾਰਲੀਮੈਂਟਰੀ ਹਲਕੇ ਤੌਰ 'ਤੇ ਤਾਂ ਸੰਗਰੂਰ ਦੇ ਵਿੱਚ ਆਉਂਦਾ ਤਾਂ ਸੰਗਰੂਰ ਦੇ ਜਿਹੜੇ ਇਸ ਟਾਈਮ MP ਨੇ ਸੰਗਰੂਰ ਤੋਂ MP ਨੇ ਜਿਹੜੇ ਉਹ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਦੂਸਰੇ ਨੰਬਰ 'ਤੇ ਜੇ ਗੱਲ ਕਰੀਏ ਸੁਨਾਮ ਦੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਹੈਗੀ
ਇਹ ਵੀ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਆ। ਅਮਨ ਅਰੋੜਾ ਜਿਹੜੇ ਕਿ ਸਹਿ ਪ੍ਰਧਾਨ ਰਹੇ ਪੰਜਾਬ ਦੇ ਵਿੱਚ, ਉਹਨਾਂ ਦਾ ਹਲਕਾ ਹੈਗਾ ਇੱਥੇ। ਦੇਖਣਾ ਹੋਊਗਾ ਕਿ ਹੁਣ 31 ਜੁਲਾਈ ਹੈਗੀ ਹੈ ਤਾਂ ਕੀ ਅਨਾਊਂਸਮੈਂਟਸ ਹੁੰਦੀਆਂ ਨੇ, ਕੀ ਇਹ ਪਾਰਟੀਆਂ ਜਿਹੜੀਆਂ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਸ਼ਹੀਦਾਂ ਦੇ ਜਾਂ ਇਸ ਚੀਜ਼ ਦੇ ਨਾਲ ਜੁੜੀ ਹੋਈ ਸਮਝਦੀ ਹੈ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਇਹ ਆਮ ਤੌਰ 'ਤੇ ਹੀ ਆਮ ਆਦਮੀ ਪਾਰਟੀ ਲੀਡਰ ਮਿਲ ਜਾਣਗੇ ਤੁਹਾਨੂੰ ਬੋਲਦੇ। ਸੋ ਵੇਖਣਾ ਹੋਊਗਾ ਕਿ ਕੀ ਆਮ ਆਦਮੀ ਪਾਰਟੀ ਜਦੋਂ ਸੁਨਾਮ ਦਾ ਜਿਹੜਾ ਵਿਧਾਨ ਸਭਾ ਹਲਕਾ ਵੀ ਉਹਨਾਂ ਦੇ ਹੱਥ ਦੇ ਵਿੱਚ ਆ, ਔਰ ਸੰਗਰੂਰ ਦੇ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਜਿਹੜੀ ਸੀਟ ਹੈਗੀ ਉਹ ਵੀ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਆ। ਸੋ ਵੇਖਣਾ ਹੋਵੇਗਾ ਕਿ ਪਾਰਟੀ ਇਸ ਪਾਸੇ ਕੀ ਮਤਲਬ ਐਫਰਟ ਕਰਦੀ ਆ, ਔਰ ਕੀ ਜਿਹੜੇ ਇਲਾਕੇ ਦੇ ਸ਼ਹੀਦ ਨੇ ਜਿਹਨੇ ਦੁਨੀਆਂ ਭਰ ਦੇ ਵਿੱਚ ਜਿਹਦਾ ਨਾਮ ਆਗਾ ਔਰ ਬਹੁਤ ਵੱਡੀ ਕੁਰਬਾਨੀ ਆ, ਕਿਵੇਂ ਉਹਦੀ ਕੁਰਬਾਨੀ ਨੂੰ ਸਜਾਉਣ ਦੇ ਲਈ ਉਹ ਜਿਹੜੀ ਮੰਗ ਜਥੇਬੰਦੀਆਂ ਜਾਂ ਬਹੁਤ ਸਾਰੇ ਲੋਕ ਜਿਵੇਂ ਰਕੇਸ਼ ਕੁਮਾਰ ਜੀ ਨੇ ਵੀ ਕੀਤੀ ਕਰ ਰਹੇ ਨੇ, ਉਹਨੂੰ ਕਿੱਦਾਂ ਦਾ ਰਿਸਪੋਂਡ ਕਰਦੇ ਨੇ, ਇਹ ਵੇਖਣਾ ਬਹੁਤ ਲਾਜ਼ਮੀ ਆ। ਇੱਥੋਂ ਪਾਰਟੀਆਂ ਦੇ ਕਰੈਕਟਰ ਆ ਜਿਹੜੇ ਸਮਝ ਆਉਂਦਾ। ਇਸ ਤੋਂ ਬਿਨਾਂ ਢੀਂਡਸਾ ਸਾਹਿਬ ਰਹੇ, ਪਰਮਿੰਦਰ ਢੀਂਡਸਾ, ਸੁਖਦੇਵ ਢੀਂਡਸਾ, ਭੱਠਲ, ਇਹ ਸਾਰੇ ਇਸ ਇਲਾਕੇ ਦੇ ਨਾਲ ਜੁੜੇ ਹੋਏ ਵੱਡੇ ਲੀਡਰ ਨੇ ਜਿਹੜੇ ਕਿ ਜਿਨ੍ਹਾਂ ਨੇ ਲੀਡਰੀ ਕੀਤੀ ਅਤੇ ਚੰਗਾ ਆਪਣਾ ਸੈੱਟ ਕੀਤੇ ਆਪਣੇ ਬੱਚੇ। ਪਰ ਸ਼ਹੀਦ ਊਧਮ ਸਿੰਘ ਜਿਹਨੇ ਕੁਰਬਾਨੀ ਦਿੱਤੀ, ਉਹਦੀਆਂ ਅਸਥੀਆਂ ਦੇ ਕਲਸ਼ ਰੱਖਣ ਦੇ ਲਈ ਜਗ੍ਹਾ ਨਹੀਂ ਹੈਗੀ ਸੁਨਾਮ ਦੇ ਵਿੱਚ, ਇਹ ਬਹੁਤ ਵੱਡਾ ਦਿਖਾਉਣ ਦਾ। ਸੋ ਵੇਖਣਾ ਹੋਵੇਗਾ ਕਿ ਕਿਵੇਂ ਪਾਰਟੀਆਂ ਇਸ ਚੀਜ਼ ਨੂੰ ਰਿਸਪੋਂਡ ਕਰਦੀਆਂ ਨੇ। ਰਕੇਸ਼ ਜੀ, ਤੁਸੀਂ ਸਾਡੇ ਨਾਲ ਜੁੜੇ ਔਰ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ, ਧੰਨਵਾਦ ਸਾਰੇ ਸਰੋਤਿਆਂ ਦਾ, ਬਹੁਤ ਧੰਨਵਾਦ ਜੀ, ਧੰਨਵਾਦ। ਸੋ ਦੋਸਤੋ, ਇਹ ਸਨ ਰਕੇਸ਼ ਕੁਮਾਰ ਜੀ ਜੋ ਫੌਜਪੁਰ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ, ਔਰ ਜਿਨ੍ਹਾਂ ਦੀ ਬਹੁਤ ਤਕੜੀ ਰਿਸਰਚ ਊਧਮ ਸਿੰਘ ਅਤੇ ਪੰਜਾਬ ਦੇ ਵਿੱਚ ਹੈਗੀ ਹੈਗੀ। ਸੋ ਉਮੀਦ ਆ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਊਗਾ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦੇ ਦਿਨ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ ਉਹਦੇ ਬਾਰੇ ਗੱਲਬਾਤ ਆਪਣੇ ਸਮਾਜ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਕਰੋਗੇ। ਸੋ ਰੇਡੀਓ ਹਾਂਜੀ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦਾ, ਔਰ ਇਸ ਗੱਲ ਦੇ ਲਈ ਜਿਹੜੀ ਮੰਗ ਆ ਉਹਦੇ ਵਿੱਚ ਹਾਂ 'ਚ ਹਾਂ ਮਿਲਾਉਂਦਾ ਕਿ ਸ਼ਹੀਦ ਊਧਮ ਸਿੰਘ ਦੀ ਯਾਦਾਂ ਨੂੰ ਸੰਭਾਲਣ ਦੇ ਲਈ, ਉਸਦੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਨੂੰ ਸੰਭਾਲਣ ਦੇ ਲਈ ਕੋਈ ਜਗ੍ਹਾ ਸੁਨਾਮ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿੱਥੇ ਵੀ ਬਣਾਈ ਜਾ ਸਕਦੀ ਹੈ ਬਣਾਈ ਜਾਵੇ, ਔਰ ਦੁਨੀਆਂ ਭਰ ਤੋਂ ਜਿਹੜੀਆਂ ਉਹਦੀਆਂ ਚੀਜ਼ਾਂ ਨੇ ਉਹ ਕਲੇਮ ਕੀਤੀਆਂ ਜਾਣ ਅਤੇ ਉਹ ਪੰਜਾਬ ਦੇ ਵਿੱਚ ਵਾਪਸ ਲਿਆਂਦੀਆਂ ਜਾਣ। ਇਸ ਲਿਹਾਜ਼ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਲੱਗੇ ਹਾਂ, ਕੱਲ੍ਹ ਫਿਰ ਮਿਲਾਂਗੇ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਧੰਨਵਾਦ।